ਇਸ ਵਕਤ ਸਾਡੇ ਨਾਲ ਜੁੜ ਚੁੱਕੇ ਆ ਤੇ ਨਾਲ ਨਾਲ ਦੱਸ ਰਹੀ ਹੈ ਕਿ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਜਿਹੜੇ ਸਪਾਂਸਰ ਨੇ ਉਹ ਨੇ ਗਲੋਬਲ ਅਲਾਇੰਸ ਵਾਲੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਔਰ ਫੈਮਿਲੀ ਇਮੀਗ੍ਰੇਸ਼ਨ ਗ੍ਰੀਨ ਕਾਰਡ ਐਪਲੀਕੇਸ਼ਨ ਇੰਡੀਆ ਦਾ ਵੀਜ਼ਾ ਜਾਂ ਯੂਐਸ ਦਾ ਵੀਜ਼ਾ ਤੁਸੀਂ ਲੈਣਾ ਹੈ ਉਥੇ ਬੈਠੇ ਇੰਡੀਆ ਚੋਂ ਪੇਪਰ ਭੇਜ ਕੇ ਇਨ੍ਹਾਂ ਦੇ ਨਾਲ ਤਾਲਮੇਲ ਕਰ ਸਕਦੇ ਹੋ ਪਾਸਪੋਰਟ ਓਸੀਆਈ ਤੇ ਗੁਰੂ ਘਰ ਦੇ ਗ੍ਰੰਥੀਆਂ ਦੇ ਵਾਸਤੇ ਵੀਜ਼ਾ ਮੰਗਾਉਣਾ ਗ੍ਰੀਨ ਕਾਰਡ ਚਾਹੀਦੇ ਆ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਦੇ ਵਾਸਤੇ ਟੈਸਟ ਦੀ ਤਿਆਰੀ ਵੀ ਕਰਾਉਂਦੇ ਆ ਸੰਪਰਕ ਕਰਨਾ ਅਤੁਲ ਕਪੂਰ ਜੀ ਹੋਰਾਂ ਦੇ ਨਾਲ ਐਮਬੀਏ ਨੇ ਤੇ ਨਾਲ ਇਹ ਸਰਵਿਸ ਦਿੰਦੇ ਆ ਟਰੱਕਾਂ ਵਾਲੇ ਭਾਈਆਂ ਦੇ ਵਾਸਤੇ ਕਹਿੰਦੇ ਖਾਸ ਛੂਟ ਦੇਣੀ ਹੈ ਸਟਾਕਟਨ ਦੇ ਵਿਚ ਹੈਗੇ ਤੇ ਨੰਬਰ ਹੈ 209-808-2136 209-808-2136 ਤੇ ਦੂਸਰਾ ਨੰਬਰ ਹੈ ਜੀ 209-952-5578 ਤੇ ਨਾਲ ਹੀ ਧੰਨਵਾਦ ਕਰ ਦਈਏ ਜੀ ਬੇਨ ਸਿੰਘ ਵਸਾਲ ਹੋਰਾਂ ਦਾ ਕਿਉਂਕਿ ਉਹ ਸਾਡੇ ਸਪਾਂਸਰ ਵੀ ਹੈ ਔਰ ਉਹ ਦੱਸਦੇ ਵੀ ਹੈ ਕਿ ਜੇ ਕਿਸੇ ਨੇ ਵੀ ਇਮੀਗ੍ਰੇਸ਼ਨ ਟਰੱਕ ਰਿਲੇਟਡ ਪੇਪਰ ਵਰਕ ਅਕਾਊਂਟਿੰਗ ਨਾਲ ਸੰਬੰਧਿਤ ਕੋਈ ਦਸਤਾਵੇਜ਼ ਪੂਰੇ ਕਰਨੇ ਆ ਰੀਅਲ ਅਸਟੇਟ ਦਾ ਤੇ ਨਾਲ ਇਹ ਵੀ ਹੈ ਕਿ ਜੇ ਨਿਊਯਾਰਕ ਜਾਂ ਹੋਰਾਂ ਥਾਵਾਂ ਦੇ ਉੱਤੇ ਜੇ ਪ੍ਰਾਪਰਟੀ ਹੈ ਤੁਸੀਂ ਉਹਦੀ ਥਾਂ ਦੇ ਉੱਤੇ ਇਧਰ ਮੂਵ ਹੋਣਾ ਚਾਹੁੰਦੇ ਹੋ ਕੈਲੀਫੋਰਨੀਆ ਵਾਲੇ ਸੋਰੀ ਇੰਡੀਆਨਾ ਵਾਲੇ ਪਾਸੇ ਤਾਂ ਫਿਰ ਇਨ੍ਹਾਂ ਦੇ ਨਾਲ ਤਾਲਮੇਲ ਜ਼ਰੂਰ ਕਰ ਲਓ ਇਹ ਘਰ ਵੇਚ ਵੀ ਦੇਣਗੇ ਖਰੀਦ ਵੀ ਦੇਣਗੇ ਲੋਨ ਦਾ ਬੰਦੋਬਸਤ ਵੀ ਕਰ ਦੇਣਗੇ ਤੇ ਪੈਸੇ ਦੀ ਇਨਵੈਸਟਮੈਂਟ ਵੀ ਕਰਾ ਦੇਣਗੇ ਇਹ ਨਾਂ ਹੈ ਜੀ ਬੇਨ ਸਿੰਘ ਬਸਾਲ ਹੋਰਾਂ ਦਾ ਇੰਡੀਆਨਾ ਇੰਡੀਅਨ ਐਪਲਸ ਦੇ ਵਿਚ 317-809-1818 ਤੇ ਇੰਡੀਆਨਾ ਤੋਂ ਸੋਢੀ ਟਰਾਂਸਪੋਰਟ ਵਾਲੇ ਆ ਜਿਹੜੇ ਉਹ ਕਹਿੰਦੇ ਕਿ ਸਾਨੂੰ ਚਾਹੀਦੇ ਆ ਟਰੱਕ ਡਰਾਈਵਰ ਤੇ ਓਨਰ ਆਪਰੇਟਰ ਇੰਡੀਆਨਾ ਤੋਂ ਪੈਨਸਲਵੇਨੀਆ ਤੱਕ ਦਾ ਡੈਡੀਕੇਟਡ ਲੋਡ ਹੈ ਵਨ ਟਾਈਮ ਪੇਮੈਂਟ ਹੋਊਗੀ ਤੇ ਤਾਲਮੇਲ ਤੁਸੀਂ ਕਰ ਸਕਦੇ ਹੋ ਸੋਢੀ ਨਰਿੰਦਰ ਹੋਰਾਂ ਦੇ ਨਾਲ 317-701-4419 317-701-4119 ਦੇ ਉੱਤੇ ਜੀ ਵਟਸਐਪ ਸਤਿ ਸ੍ਰੀ ਅਕਾਲ ਸ਼ੁਕਰੀਆ ਮਿਹਰਬਾਨੀ ਸੁਖਨਾਬ ਜੀ ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਕਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਸਰਦਾਰ ਅੰਮ੍ਰਿਤਪਾਲ ਸਿੰਘ ਨਿਹਾਲ ਕੈਲੀਫੋਰਨੀਆ ਯੂਐਸਏ ਤੋਂ ਜੀ ਸੋ ਬਹੁਤ ਮਿਹਰਬਾਨੀ ਉਹਨਾਂ ਸਾਰੇ ਸੱਜਣਾਂ ਦੀ ਜਿਹੜੇ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ ਸਾਡੇ ਨਾਲ ਜੁੜਦੇ ਆ ਸਾਡਾ ਸਾਥ ਸਹਿਯੋਗ ਦਿੰਦੇ ਆ ਸੋ ਵਟਸਐਪ ਖਬਰਾਂ ਦੇ ਵੱਲ ਨੂੰ ਚੱਲੀਏ ਜੀ ਤੇ ਖਬਰਾਂ ਦੀ ਦੁਨੀਆਂ ਦੇ ਵਿੱਚੋਂ ਖਬਰ ਹੈ ਜਿਹੜੀ ਉਹ ਆਪਾਂ ਪਹਿਲੇ ਸਾਂਝੀ ਕਰੀਏ ਅੰਦਰੂਨੀ ਸਰਗਰਮੀਆਂ ਡੇਰਾ ਸਰਸਾ ਦੀਆਂ ਇਹ ਕਿਹੜੀਆਂ ਜੀ ਸੁਖਨਾਬ ਜੀ ਅੰਦਰੂਨੀ ਤੌਰ ਦੇ ਉੱਤੇ ਡੇਰੇ ਸਰਸੇ ਦੇ ਅੰਦਰ ਕਈ ਕੁਝ ਘੱਟ ਵਾਪਰ ਰਿਹਾ ਜੀ ਪਹਿਲਾਂ ਚਰਚਾ ਇਹ ਵੀ ਚੱਲਦੀ ਸੀ ਕਿ ਹਨੀਪ੍ਰੀਤ ਸ਼ਾਇਦ ਡੇਰਾ ਮੁਖੀ ਬਣ ਜੂਗੀ ਕਿਉਂਕਿ ਇੱਕ ਤਾਂ ਉਹਦੇ ਸਬੰਧ ਜਿਹੜੇ ਉਹ ਬੜੇ ਵਧੀਆ ਮੌਜੂਦਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਾਲ ਦੂਸਰਾ ਅੰਦਰੂਨੀ ਹਲਚਲ ਨੂੰ ਜਿੰਨਾ ਨੇੜਿਓਂ ਜਾ ਕੇ ਹਨੀਪ੍ਰੀਤ ਨੇ ਤੱਕਿਆ ਇਸ ਡੇਰੇ ਦੇ ਵਿਚ ਉਨਾ ਕਿਸੇ ਹੋਰ ਨੇ ਤੱਕਿਆ ਹੀ ਨਹੀਂ ਪਰ ਬਾਅਦ ਵਿਚ ਹੁਣ ਹਾਲਾਤ ਬਿਲਕੁਲ ਬਦਲ ਗਏ ਆ ਤੇ ਉਸ ਡੇਰੇ ਦੇ ਵਿਚ ਜਿਹੜੀ ਮੁੱਖ ਪ੍ਰਬੰਧਕ ਹੈ ਉਥੋਂ ਦੀ ਵਿਪਾਸਨਾ ਇੰਸਾ ਉਹਨੇ ਪ੍ਰੈਸ ਕਾਨਫਰੰਸ ਕਰਕੇ ਦੋ ਤਿੰਨ ਚੀਜ਼ਾਂ ਸਪਸ਼ਟ ਕੀਤੀਆਂ ਪਹਿਲੀ ਗੱਲ ਬੀਬੀ ਵਿਪਾਸਨਾ ਇੰਸਾ ਇਹ ਕਹਿੰਦੀ ਕਿ ਅਸੀਂ ਹਾਲ ਦੀ ਘੜੀ ਕੋਈ ਨਵਾਂ ਡੇਰਾ ਮੁਖੀ ਨਹੀਂ ਬਣਾਉਣਾ ਸਾਡਾ ਕੰਮ ਜਿਹੜਾ ਕਹਿੰਦੇ ਇਹਦੇ ਚੱਲੀ ਜਾਂਦਾ ਤੇ ਗੁਰਮੀਤ ਰਾਮ ਰਹੀਮ ਹੀ ਸਾਡਾ ਜਿਹੜਾ ਉਹ ਡੇਰਾ ਮੁਖੀ ਰਹੇਗਾ ਦੂਸਰੀ ਗੱਲ ਉਹਨਾਂ ਨੇ ਇਹ ਕਰ ਦਿੱਤੀ ਕਿ ਡੇਰਾ ਮੁਖੀ ਤਾਂ ਗੁਰਮੀਤ ਰਾਮ ਰਹੀਮ ਰਹੇਗਾ ਪਰ ਜਿਹੜੀ ਹਨੀਪ੍ਰੀਤ ਇੰਸਾ ਹੁਣ ਤੱਕ ਪੁਲਿਸ ਤੋਂ ਭਗੌੜੀ ਹੈ ਉਹਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਉਹਨਾਂ ਨੇ ਇਹ ਵੀ ਕਹਿਤਾ ਕਿ ਮੈਂ ਹਨੀਪ੍ਰੀਤ ਨੂੰ ਇਹ ਵੀ ਆਖਦੀ ਹਾਂ ਕਿ ਜਿੰਨੀ ਛੇਤੀ ਹੋ ਸਕਦਾ ਤੂੰ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦੇ ਕਿਉਂਕਿ ਤੇਰੇ ਉੱਤੇ ਜਿਹੜਾ ਪਰਚਾ ਦਰਜ ਹੋ ਚੁੱਕਿਆ ਤੇ ਇਸ ਤਰੀਕੇ ਕਾਨੂੰਨ ਤੋਂ ਭੱਜਣਾ ਠੀਕ ਨਹੀਂ ਉਹਨਾਂ ਇਹ ਵੀ ਕਹਿ ਦਿੱਤਾ ਕਿ 25 ਅਗਸਤ ਨੂੰ ਜਿਸ ਦਿਨ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਪੰਚਕੂਲਾ ਦੇ ਵਿੱਚ CBI ਦੀ ਅਦਾਲਤ ਵੱਲੋਂ ਉਸ ਦਿਨ ਤੋਂ ਬਾਅਦ ਹਨੀਪ੍ਰੀਤ ਦਾ ਡੇਰੇ ਦੇ ਨਾਲ ਕੋਈ ਸੰਪਰਕ ਨਹੀਂ ਡੇਰੇ ਦੇ ਕਿਸੇ ਵੀ ਅਹੁਦੇਦਾਰ ਦੇ ਨਾਲ ਹਨੀਪ੍ਰੀਤ ਦਾ ਸੰਪਰਕ ਨਹੀਂ ਜੇ ਹਨੀਪ੍ਰੀਤ ਕਿਤੇ ਭੱਜੀ ਹੈ ਦੇਸ਼ ਚੋਂ ਬਾਹਰ ਗਈ ਹੈ ਜੇ ਅੰਦਰ ਕਿਤੇ ਛਿਪੀ ਹੋਈ ਹੈ ਤਾਂ ਸਾਡੇ ਡੇਰੇ ਦੇ ਕਿਸੇ ਵੀ ਪ੍ਰਬੰਧਕ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁਣ ਉਹ ਡੇਰੇ ਤੋਂ ਬਾਹਰ ਹੈ ਤੇ ਡੇਰੇ ਦੇ ਨਾਲ ਉਹਦਾ ਕਿਸੇ ਵੀ ਤਰੀਕੇ ਦਾ ਕੋਈ ਸੰਬੰਧ ਨਾ ਜੋੜਿਆ ਜਾਵੇ ਕਹਿਣ ਦਾ ਭਾਵ ਹੈ ਕਿ ਕੱਲ ਤੱਕ ਜਿਹੜੀ ਡੇਰਾ ਸਰਸਾ ਦੇ ਅੰਦਰ ਤੂਤੀ ਬੋਲਦੀ ਸੀ ਉਹ ਹਨੀ ਹੁਣ ਡੇਰੇ ਦੇ ਮੌਜੂਦਾ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਕੌੜੀ ਕੌੜੀ ਲੱਗਣ ਲੱਗ ਪਈ ਉਹ ਕਹਿੰਦੇ ਕਿ ਭਾਈ ਸਾਡੇ ਨਾਲ ਤਾਂ ਉਹਦਾ ਸੰਬੰਧ ਹੀ ਕੋਈ ਨਹੀਂ ਉਹਨੂੰ ਪੇਸ਼ ਹੋ ਜਾਣਾ ਚਾਹੀਦਾ ਹੁਣ ਜੇ ਤੁਹਾਡੇ ਨਾਲ ਸੰਬੰਧ ਕੋਈ ਨਹੀਂ ਸੀ ਤਾਂ ਡੇਰਾ ਮੁਖੀ ਦੇ ਨਾਲ ਹੈਲੀਕਾਪਟਰ ਦੇ ਵਿੱਚ ਬੈਠ ਕੇ ਕਿਉਂ ਗਈ ਸੀ ਜੇ ਤੁਹਾਡੇ ਨਾਲ ਸੰਬੰਧ ਕੋਈ ਨਹੀਂ ਸੀ ਤਾਂ ਫਿਰ ਜਦੋਂ ਇੰਨੀਆਂ ਵੱਡੀਆਂ ਕਾਰਾਂ ਦਾ ਕਾਫਲਾ ਜਿਹੜਾ ਸਿਰਸੇ ਤੋਂ ਚੱਲਿਆ ਸੀ ਤਾਂ ਫਿਰ ਉਹ ਡੇਰੇ ਸਿਰਸੇ ਦੇ ਅੰਦਰੋਂ ਉਸ ਕਾਫਲੇ ਦੀ ਸਭ ਤੋਂ ਮਹੱਤਵਪੂਰਨ ਗੱਡੀ ਦੇ ਵਿੱਚ ਬੈਠ ਕੇ ਕਿਉਂ ਗਈ ਸੀ ਪਰ ਕੁੱਲ ਮਿਲਾ ਕੇ ਇਸ ਵੇਲੇ ਬਹੁਤ ਸਾਰੀਆਂ ਅੰਦਰੂਨੀ ਹਲਚਲਾਂ ਜਿਹੜੀਆਂ ਉਹ ਡੇਰਾ ਸਿਰਸਾ ਦੇ ਅੰਦਰ ਨਜ਼ਰ ਆ ਰਹੀਆਂ ਉਧਰ ਦੂਸਰੇ ਪਾਸੇ ਅੱਜ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਐਲਾਨ ਕਰ ਦਿੱਤਾ ਹਰਿਆਣਾ ਸਰਕਾਰ ਦੀ ਐਪਲੀਕੇਸ਼ਨ ਦੇ ਉੱਤੇ ਕਿ ਹੁਣ ਡੇਰਾ ਸਿਰਸਾ ਦਾ ਜਿਹੜਾ ਹੈੱਡਕੁਆਟਰ ਹੈ ਉਹਦੀ ਤਲਾਸ਼ੀ ਕੀਤੀ ਜਾਵੇਗੀ
ਉਹਨਾਂ ਇਹ ਵੀ ਕਹਿ ਦਿੱਤਾ ਕਿ ਤਲਾਸ਼ੀ ਜਿਹੜੀ ਹੈ ਉਹ ਹਾਈ ਕੋਰਟ ਵੱਲੋਂ ਇੱਕ ਨੁਮਾਇੰਦਾ ਆਪਣਾ ਦਿੱਤਾ ਗਿਆ ਜਿਹੜੇ ਕਿ ਸੈਸ਼ਨ ਕੋਰਟ ਦੇ ਸਾਬਕਾ ਜੱਜ ਨੇ ਉਹਨਾਂ ਦੀ ਰਹਿਨੁਮਾਈ ਦੇ ਹੇਠ ਉਹਨਾਂ ਨੂੰ ਕਮਿਸ਼ਨਰ ਬਣਾ ਕੇ ਜਿਹੜਾ ਇਹ ਸਾਰੀ ਦੀ ਸਾਰੀ ਜਿਹੜੀ ਉਹ ਤਲਾਸ਼ੀ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਇਹ ਸਾਰਾ ਮਸਲਾ ਜਿਹੜਾ ਉਹ ਸ਼ੁਰੂ ਕਿਵੇਂ ਹੋਇਆ ਸੀ ਤੇ ਇਸ ਵੇਲੇ ਪਹੁੰਚਿਆ ਕਿਵੇਂ ਆ। ਤੇ ਹੁਣ ਹਾਈ ਕੋਰਟ ਨੇ ਸੈਸ਼ਨ ਜੱਜ ਜਿਹੜੇ ਸੇਵਾ ਮੁਕਤ ਨੇ ਅਨਿਲ ਕੁਮਾਰ ਪਵਾਰ ਉਹਨਾਂ ਨੂੰ ਕਮਿਸ਼ਨਰ ਅਪੁਆਇੰਟ ਕਰ ਦਿੱਤਾ। ਦੂਸਰੇ ਪਾਸੇ ਹਰਿਆਣੇ ਦੀ ਜਿਹੜੀ ਸਰਕਾਰ ਪਹਿਲਾਂ ਹੀ ਤਕਰੀਬਨ 2 ਹਫ਼ਤੇ ਲੇਟ ਹੋ ਗਈ ਹੈ, ਉਹਨਾਂ ਨੇ 22 ਜਿਹੜੇ ਲੋਹਾਰ ਨੇ ਲੋਹਾ ਕੱਪੜ ਵਾਲੇ ਉਹਨਾਂ ਨੂੰ ਜਿਹੜਾ ਉਹ ਹਾਇਰ ਕੀਤਾ ਹੈ ਕਿ ਹੋ ਸਕਦਾ ਡੇਰੇ ਦੇ ਅੰਦਰ ਕੁਝ ਐਸੇ ਕਮਰੇ ਹੋਣ, ਕੁਝ ਐਸੀਆਂ ਅਲਮਾਰੀਆਂ ਹੋਣ, ਕੁਝ ਐਸੇ ਗੇਟ ਹੋਣ ਜਿਹਨਾਂ ਨੂੰ ਜਿੰਦਰੇ ਲੱਗੇ ਹੋਏ ਹੋਣ ਤੇ ਜਿੰਦਰਿਆਂ ਦੀ ਚਾਬੀ ਦਾ ਕਿਸੇ ਨੂੰ ਪਤਾ ਨਾ ਹੋਵੇ ਜਾਂ ਪ੍ਰਬੰਧਕ ਖੋਲਣੇ ਨਾ ਚਾਹੁਣ, ਤਾਂ ਫਿਰ ਹੋ ਸਕਦਾ ਕਿ ਸਾਨੂੰ ਜਿੰਦਰੇ ਖੋਲਣੇ ਪੈਣਗੇ। ਇਸ ਕਰਕੇ ਤੁਸੀਂ 22 ਜਿਹੜੇ ਲੋਹਾਰ ਨੇ ਉਹ ਵੀ ਸਾਡੇ ਨਾਲ ਚਲੋਗੇ। ਹਾਲਾਂਕਿ ਬਹੁਤ ਵੱਡੀ ਇੱਕ ਇਸ ਮੁੱਦੇ ਦੇ ਉੱਤੇ ਜਿਹੜੀ ਸ਼ੱਕ ਪੈਦਾ ਹੋ ਰਹੀ ਹੈ ਕਿ 25 ਅਗਸਤ ਦਾ ਇਹ ਮਸਲਾ ਜਿਹੜਾ ਸਾਹਮਣੇ ਆਇਆ ਤੇ ਅੱਜ 5 ਸਤੰਬਰ ਹੋ ਗਈ ਹੈ, 11-12 ਦਿਨ ਬੀਤ ਚੁੱਕੇ ਹੈ, ਪਰ ਇਹਦੇ ਬਾਵਜੂਦ ਵੀ ਅਜੇ ਤੱਕ ਤਲਾਸ਼ੀ ਨਹੀਂ ਲਈ ਗਈ। ਤੇ ਹੁਣ ਜਦੋਂ ਸਾਰਿਆਂ ਕੋਲ ਰੌਲਾ ਪਾ ਪਾ ਕੇ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਇਸ ਡੇਰੇ ਦੇ ਅੰਦਰੋਂ ਫਿਰ ਲੱਭੇਗਾ ਕੀ। ਦੂਸਰੇ ਪਾਸੇ ਡੇਰੇ ਦੀ ਅੰਦਰੂਨੀ ਹਲਚਲ ਦਾ ਇੱਕ ਪੱਖ ਇਹ ਵੀ ਹੈ ਕਿ 7 ਸਕੂਲ ਕਾਲਜ ਉਸ ਡੇਰੇ ਦੇ ਅੰਦਰ ਜਿਹੜੇ ਉਹ ਸੁਖਨੈਬ ਜੀ ਚੱਲਦੇ ਸੀ, ਡੇਰਾ ਮੁਖੀ ਨੇ ਮਾੜਾ ਕੰਮ ਕੀਤਾ, ਡੇਰਾ ਮੁਖੀ ਜੇਲ੍ਹ ਦੇ ਵਿੱਚ ਚਲਾ ਗਿਆ, ਜਿਨ੍ਹਾਂ ਦੇ ਨਾਲ ਟੱਕੇ ਹੋਏ ਉਹ ਬੀਬੀਆਂ ਉਹ ਬੰਦੇ ਆਪੋ ਆਪਣੇ ਘਰੇ ਪਰਤ ਗਏ। ਪਰ ਅਸਲ ਦੇ ਵਿੱਚ ਇਹ ਜਿਹੜੇ 7 ਐਜੂਕੇਸ਼ਨਲ ਇੰਸਟੀਚਿਊਸ਼ਨ ਡੇਰੇ ਦੇ ਅੰਦਰ ਚੱਲਦੇ ਸੀ ਸੁਖਨੈਬ ਜੀ, ਉਹ 24 ਅਗਸਤ ਤੋਂ ਬੰਦ ਪਏ ਆ। 24 ਅਗਸਤ ਤੋਂ ਲੈ ਕੇ ਅੱਜ 5 ਸਤੰਬਰ ਤੱਕ ਦਾ ਦਿਨ ਆ ਗਿਆ, ਉਹਨਾਂ ਦੇ ਵਿੱਚ ਇੱਕ ਵੀ ਜਮਾਤ ਨਹੀਂ ਲੱਗੀ ਤੇ ਨਾ ਅਜੇ ਉਹਨਾਂ 10,000 ਤੋਂ ਵੱਧ ਵਿਦਿਆਰਥੀਆਂ ਨੂੰ ਪਤਾ ਹੈ ਕਿ ਐਸਸੀ ਦੇ ਸਾਲ ਅਸੀਂ ਪੜ ਪਾਵਾਂਗੇ ਕਿ ਨਹੀਂ, ਪੇਪਰ ਦੇ ਪਾਵਾਂਗੇ ਕਿ ਨਹੀਂ, ਤੇ ਨਾ 500-600 ਉਹਨਾਂ ਕਰਮਚਾਰੀਆਂ ਨੂੰ ਪਤਾ, ਕੋਈ ਅਧਿਆਪਕ ਹੈ, ਕੋਈ ਕਲਰਕ ਹੈ ਤੇ ਕੋਈ ਕਿਸੇ ਹੋਰ ਪੋਸਟ ਦੇ ਉੱਤੇ ਇਹਨਾਂ ਸਕੂਲਾਂ ਕਾਲਜਾਂ ਦੇ ਵਿੱਚ ਕੰਮ ਕਰਦਾ ਸੀ, ਨਾ ਅਜੇ ਤੱਕ ਉਹਨਾਂ ਨੂੰ ਕੁਝ ਸਮਝ ਆ ਰਿਹਾ ਕਿ ਇਹਨਾਂ ਡੇਰੇ ਦੇ ਸਕੂਲਾਂ ਤੇ ਕਾਲਜਾਂ ਦਾ ਭਵਿੱਖ ਹੋਏਗਾ ਕਿ ਅਸੀਂ ਕਿੱਧਰਲੇ ਪਾਸੇ ਨੂੰ ਅੱਗੇ ਤੁਰਨਾ। ਨਾ ਤਾਂ ਡੇਰੇ ਦੇ ਪ੍ਰਬੰਧਕ ਅਜੇ ਤੱਕ ਵਿਦਿਆਰਥੀਆਂ ਨੂੰ ਕੁਝ ਦੱਸ ਰਹੇ ਆ ਤੇ ਨਾ ਸਿਰਸੇ ਦਾ ਪ੍ਰਸ਼ਾਸਨ ਕੁਝ ਦੱਸ ਰਿਹਾ ਤੇ ਮਾਮਲਾ ਕਿੱਧਰਲੇ ਪਾਸੇ ਨੂੰ ਜਾਣਾ। ਪਰ ਕੁੱਲ ਮਿਲਾ ਕੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਐਜੂਕੇਸ਼ਨ ਕਾਲਜ ਤੱਕ ਦੀਆਂ ਸਿੱਖਿਆ ਸੰਸਥਾਵਾਂ ਜਿਹੜੀਆਂ ਉਹ ਡੇਰੇ ਦੇ ਅੰਦਰ ਚੱਲਦੀਆਂ ਸੀ ਤੇ ਇਸ ਵੇਲੇ ਬਹੁਤ ਜ਼ਿਆਦਾ ਦੁਚਿੱਤੀ ਵਾਲੀ ਸਥਿਤੀ ਬਣੀ ਹੋਈ ਹੈ। ਵਿਦਿਅਕ ਵਰ੍ਹਾ ਅੱਧਾ ਬੀਤ ਗਿਆ, ਅੱਧਾ ਵਿਦਿਅਕ ਵਰ੍ਹਾ ਬੀਤ ਜਾਣ ਤੋਂ ਬਾਅਦ ਸੁਖਨੈਬ ਜੀ ਜੇ ਵਿਦਿਆਰਥੀ ਚਾਹੁਣ ਕਿ ਅਸੀਂ ਕਿਸੇ ਹੋਰ ਸਕੂਲ ਜਾਂ ਕਾਲਜ ਦੇ ਵਿੱਚ ਦਾਖਲ ਹੋ ਜਾਣਾ ਉਹ ਵੀ ਸੰਭਵ ਨਹੀਂ ਕਿਉਂਕਿ ਕਾਨੂੰਨ ਇਹਨਾਂ ਨੂੰ ਹੁਣ ਕਿਤੇ ਦਾਖਲਾ ਨਹੀਂ ਮਿਲਣਾ। ਸੋ ਜਿੰਨੀ ਛੇਤੀ ਹੋ ਸਕਦਾ ਡੇਰੇ ਦੇ ਸਕੂਲਾਂ ਕਾਲਜਾਂ ਦੇ ਨਾਲ ਸੰਬੰਧਿਤ ਇਹਨਾਂ ਕਰੀਬ 10,000 ਵਿਦਿਆਰਥੀਆਂ ਦਾ ਉਹਨਾਂ ਨੂੰ ਭਵਿੱਖ ਜ਼ਰੂਰ ਪਤਾ ਲੱਗਣਾ ਚਾਹੀਦਾ ਕਿ ਹਨੇਰਾ ਹੈ ਜਾਂ ਕਿੱਧਰ ਹੈ ਪੜ੍ਹਨਾ, ਅਸੀਂ ਕਿੱਥੇ ਆ, ਇੱਥੇ ਪੜ੍ਹਨਾ ਜਾਂ ਕਿਸੇ ਹੋਰ ਸਕੂਲ ਦੇ ਵਿੱਚ ਸਾਨੂੰ ਸਰਕਾਰ ਸ਼ਿਫਟ ਕਰੇਗੀ। ਇਹਦੇ ਨਾਲ ਨਾਲ ਡੇਰੇ ਦੀ ਜਿਹੜੀ ਚੇਅਰਪਰਸਨ ਆ ਬੀਬੀ ਵਿਪਾਸਨਾ ਅੰਸਾ ਉਹ ਸੁਖਨੈਬ ਜੀ ਡਿਪਟੀ ਕਮਿਸ਼ਨਰ ਸਿਰਸਾ ਨੂੰ ਮਿਲੀ, ਨਾਲ ਦੀ ਨਾਲ SSP ਸਿਰਸਾ ਨੂੰ ਮਿਲੀ ਤੇ ਦੋਵਾਂ ਨੂੰ ਉਹਨਾਂ ਨੇ ਫੋਟੋ ਕਾਪੀਜ਼ ਜਿਹੜੀਆਂ ਪ੍ਰੋਵਾਈਡ ਕਰਾਈਆਂ, ਡੇਰੇ ਦੇ ਜਿੰਨੇ ਬੈਂਕ ਖਾਤੇ ਨੇ, ਡੇਰੇ ਦਾ ਜਿੰਨਾ ਲੈਣ ਦੇਣ ਹੈ, ਡੇਰੇ ਦੀ ਜਿੰਨੀ ਪ੍ਰੋਪਰਟੀ ਹੈ। ਵਿਪਾਸਨਾ ਅੰਸਾ ਨੇ ਕਹਿ ਦਿੱਤਾ ਕਿ ਮੈਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਮੁਤਾਬਕ ਡਿਪਟੀ ਕਮਿਸ਼ਨਰ ਨੂੰ ਉਹ ਸਾਰੀਆਂ ਜਾਣਕਾਰੀਆਂ ਲਿਖਤੀ ਰੂਪ ਦੇ ਵਿੱਚ ਜਿਹੜੀਆਂ ਉਹ ਦੇ ਦਿੱਤੀਆਂ। ਤੇ ਹੁਣ ਇਹਦੇ ਤੋਂ ਬਾਅਦ ਉਹਨਾਂ ਨੇ ਵੀ ਕਹਿਤਾ ਸੀ ਕਿ ਜੇ ਕੋਈ ਸਾਡੇ ਡੇਰੇ ਦੀ ਤਲਾਸ਼ੀ ਕਰਨਾ ਚਾਹੇ ਤਾਂ ਕਰ ਸਕਦੇ ਆ। ਉਹਨਾਂ ਇਹ ਵੀ ਕਹਿ ਦਿੱਤਾ ਸੀ ਕਿ ਡੇਰੇ ਦੇ ਅੰਦਰ ਗੁਫਾ ਜ਼ਰੂਰ ਬਣੀ ਹੋਈ ਹੈ ਪਰ ਉਹ ਗੁਫਾ ਕੇਵਲ ਤੇ ਕੇਵਲ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਹੋਰਾਂ ਦੀ ਰਿਹਾਇਸ਼ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਵਿਪਾਸਨਾ ਅੰਸਾ ਨੇ ਇੱਥੇ ਤੱਕ ਆਖ ਦਿੱਤਾ ਸੀ, ਉਹ ਕਹਿੰਦੇ ਕਿ ਜਿਹੜੀ ਗੁਫਾ ਉਹਦਾ ਕੋਈ ਵੀ ਕੋਨਾ ਐਸਾ ਨਹੀਂ ਜਿੱਥੇ ਮਾੜਾ ਕੰਮ ਕਦੇ ਹੋਇਆ ਹੋਵੇ, ਜਿੱਥੇ ਕੋਈ ਗਲਤ ਕੰਮ ਹੋਇਆ ਹੋਵੇ। ਇਹ ਤਾਂ ਕਹਿੰਦੇ ਕੇਵਲ ਤੇ ਕੇਵਲ ਭਾਰਤ ਦੇ ਮੀਡੀਆ ਦੀ ਉਪਜ ਹੈ ਕਿ ਉਹਨਾਂ ਨੇ ਡੇਰਾ ਸਿਰਸਾ ਦਾ ਅਕਸ ਇੰਨਾ ਜ਼ਿਆਦਾ ਵਿਗਾੜ ਕੇ ਜਿਹੜਾ ਉਹ ਭਾਰਤ ਦੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਉਹਨਾਂ ਇੱਥੇ ਤੱਕ ਵੀ ਕਹਿ ਦਿੱਤਾ ਕਿ ਡੇਰੇ ਦੇ ਵਿੱਚ ਇੱਕ ਵੀ ਹਥਿਆਰ ਜਿਹੜਾ ਨਜਾਇਜ਼ ਨਹੀਂ, ਜੋ ਥੋੜੇ ਬਹੁਤ ਹਥਿਆਰ ਹੈਗੇ ਉਹ ਵੀ ਕਹਿੰਦੇ ਲਾਇਸੈਂਸੀ ਆ ਤੇ ਉਹਨਾਂ ਦੇ ਵਿੱਚੋਂ ਬਹੁਤੇ ਹਥਿਆਰ ਜਿਹੜੇ ਪੁਲਿਸ ਦੇ ਕੋਲ ਜਮ੍ਹਾਂ ਕਰਾਤੇ ਗਏ ਆ। ਹੁਣ ਦੇਖਦੇ ਆ ਸੁਖਨੈਬ ਜੀ ਕਿ ਇਹਨਾਂ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਮੁਤਾਬਿਕ ਹਰਿਆਣਾ ਸਰਕਾਰ ਸਵੇਰ ਤੋਂ ਤਲਾਸ਼ੀ ਲੈਂਦੀ ਆ ਜਾਂ ਇੱਕ ਅੱਧਾ ਦਿਨ ਹੋਰ ਛੱਡਦੀ ਆ ਤੇ ਤਲਾਸ਼ੀ ਦੇ ਦੌਰਾਨ ਇਸ ਡੇਰੇ ਦੇ ਵਿੱਚੋਂ ਨਿਕਲਦਾ ਕੀ ਹੈ। ਹੁਣ ਡੇਰੇ ਦੇ ਵਿੱਚੋਂ ਕੁਝ ਨਿਕਲਦਾ ਜਾਂ ਨਹੀਂ ਨਿਕਲਦਾ ਸੁਖਨੈਬ ਜੀ ਇੱਕ ਵੱਖਰੀ ਗੱਲ ਹੈ, ਪਰ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਤੋਂ ਜਿਹੜੇ ਕੁਝ ਇੱਕ ਡੇਰਾ ਪ੍ਰੇਮੀ ਗ੍ਰਿਫਤਾਰ ਹੋਏ ਨੇ ਉਹਨਾਂ ਦੇ ਵਿੱਚੋਂ ਕੁਝ ਇੱਕ ਡੇਰਾ ਪ੍ਰੇਮੀਆਂ ਨੇ ਪੱਤਰਕਾਰ ਭਾਈਚਾਰੇ ਦੇ ਸਾਹਮਣੇ ਵੀ ਆ ਕੇ ਕਹਿ ਦਿੱਤਾ
ਕਿ ਭਾਈ ਸਾਨੂੰ ਤਾਂ ਦੋ ਚਾਰ ਦਿਨ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਆਪਾਂ ਸਾਰਾ ਕੰਮ ਕਰਨਾ, ਸਾਨੂੰ ਤੇਲ ਦੀਆਂ ਬੋਤਲਾਂ ਤੇ ਹੋਰ ਬਹੁਤ ਕੁਝ ਜਿਹੜਾ ਉਹ ਢਾਂਚਾ ਮੁਹੱਈਆ ਕਰਾਇਆ ਗਿਆ ਸੀ। ਸੋ ਇਹਨਾਂ ਦੇ ਬਿਆਨਾਂ ਦੇ ਉੱਤੇ ਨੋਟਿਸ ਤੇ ਲਿਆ ਸੁਖਨੈਬ ਜੀ ਕਿਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ, ਤਾਂ ਇਸ ਸਾਰੀ ਗੱਲ ਦਾ ਫੇਕ ਜਿਹੜਾ ਡੇਰਾ ਸਿਰਸਾ ਦੇ ਹੈੱਡਕੁਆਰਟਰ ਤੱਕ ਵੀ ਪਹੁੰਚ ਸਕਦਾ। ਉਧਰ ਕੁਝ ਕੁ ਲੋਕਾਂ ਦਾ ਸੁਖਨੈਬ ਜੀ ਇੱਥੋਂ ਤੱਕ ਵੀ ਪਤਾ ਲੱਗਿਆ, ਡੇਰੇ ਦੇ ਵਿੱਚ ਉਹਨਾਂ ਦੀ ਸ਼ਰਧਾ ਇੰਨੀ ਸੀ, ਇੰਨੀ ਸ਼ਰਧਾ ਸੀ ਕਿ ਆਪਣੇ ਕਾਰੋਬਾਰ ਤੇ ਆਪਣੇ ਘਰ ਵੀ ਉਹਨਾਂ ਨੇ ਡੇਰੇ ਦੇ ਨਾਂ ਕਰਤੇ। ਹਾਲਾਂਕਿ ਨਾ ਤਾਂ ਕਾਰੋਬਾਰਾਂ ਦਾ ਕਰਜ਼ਾ ਡੇਰੇ ਨੇ ਲਿਆ ਸੀ, ਨਾ ਉੱਥੋਂ ਕਮਾਈ ਡੇਰਾ ਲੈਂਦਾ ਸੀ, ਨਾ ਘਰਾਂ ਦਾ ਕਰਜ਼ਾ ਲਿਆ ਸੀ। ਪਰ ਜਦੋਂ ਦਾ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਇਹ ਦੇ ਦਿੱਤਾ ਕਿ ਭਾਈ ਜਿੰਨਾ ਵੀ ਨੁਕਸਾਨ ਹੋਇਆ ਡੇਰੇ ਸਿਰਸੇ ਦੀ ਪ੍ਰੋਪਰਟੀ ਤੋਂ ਆਪਾਂ ਵਸੂਲ ਕਰਨਾ ਹੈ। ਇਹਨਾਂ ਲੋਕਾਂ ਨੂੰ ਲੱਗਦਾ ਕਿ ਭਾਈ ਕਿਤੇ ਸਾਡੀਆਂ ਦੁਕਾਨਾਂ, ਸਾਡੇ ਘਰਾਂ ਤੇ ਸਾਡੇ ਕਾਰੋਬਾਰਾਂ ਦਾ ਨੰਬਰ ਜਿਹੜਾ ਉਹ ਡੇਰਾ ਸਿਰਸੇ ਦੇ ਨਾਲ ਸਾਰਾ ਕੁਝ ਹੋਣ ਦੇ ਕਰਕੇ ਇਸ ਮੁੱਦੇ ਤੇ ਨਾ ਲੱਗ ਜਾਏ। ਸੋ ਕਈ ਤਰ੍ਹਾਂ ਦੀਆਂ ਅੰਦਰੂਨੀ ਬਾਹਰੀ ਹਲਚਲਾਂ ਜਿਹੜੀਆਂ ਉਹ ਡੇਰਾ ਸਿਰਸਾ ਦੇ ਨਾਲ ਸੰਬੰਧਿਤ ਚੱਲ ਰਹੀਆਂ। ਵੇਖਦੇ ਹਾਂ ਕਿ ਤਲਾਸ਼ੀ ਤੋਂ ਬਾਅਦ ਲੋਕਾਂ ਦੇ ਸਾਹਮਣੇ ਸੱਚ ਜਾਂ ਝੂਠ ਦੇ ਵਿੱਚੋਂ ਕਿਹੜੀ ਚੀਜ਼ ਜਿਹੜੀ ਆ ਉਹ ਨਿਖਰ ਕੇ ਸਾਹਮਣੇ ਆਉਂਦੀ ਹੈ। ਬਾਠ ਸਾਹਿਬ, ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਹੋਣਗੀਆਂ ਜੀ ਚੰਡੀਗੜ੍ਹ ਦੇ ਵਿੱਚ, ਸਰਗਰਮੀਆਂ ਕਾਫੀ ਤੇਜ਼ ਹੈ, ਕਿਤੇ ਗਾਂਧੀ ਵਾਲੀ ਫਿਲਮ ਵਾਂਗੂ ਚੋਣਾਂ ਤਾਂ ਨਹੀਂ ਹੋਣਗੀਆਂ? ਸੁਖਨਾਬ ਜੀ, ਤਕਰੀਬਨ ਮਾਹੌਲ ਤਾਂ ਉਸੇ ਤਰੀਕੇ ਦਾ ਅੱਜ ਤੱਕ ਹੁੰਦਾ ਰਿਹਾ। ਜੇ ਆਪਾਂ ਪਿਛਲੇ 8 ਤੋਂ ਲੈ ਕੇ 10 ਸਾਲ ਤੱਕ ਦੀ ਗੱਲ ਕਰੀਏ ਤਾਂ ਇਹ ਗੱਲਾਂ ਬਿਲਕੁਲ ਸਾਫ਼ ਤੇ ਸਪਸ਼ਟ ਸੀ ਕਿ ਉਹਨਾਂ ਚੋਣਾਂ ਦੇ ਵਿੱਚ ਵਿਦਿਆਰਥੀ ਵਿੰਗ ਆਪਸ ਦੇ ਵਿੱਚ ਲੜਦੇ ਭਿੜਦੇ ਵੀ ਰਹੇ ਆ, ਇੱਕ ਦੂਜੇ ਦੇ ਸਿਰ ਵੀ ਪਾੜਦੇ ਰਹੇ ਆ, ਲੱਤਾਂ ਬਾਹਾਂ ਤੋੜਦੇ ਵੀ ਰਹੇ ਆ, ਪਰਚੇ ਵੀ ਦਰਜ ਹੁੰਦੇ ਰਹੇ ਆ ਤੇ ਬਹੁਤ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਵੀ ਰਹਿਣਾ ਪਿਆ। ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਿੱਥੇ ਕਿ ਪਰਸੋਂ ਨੂੰ ਵਿਦਿਆਰਥੀ ਕੌਂਸਲ ਦੀ ਚੋਣ ਕਰਨ ਦੇ ਲਈ ਵਿਦਿਆਰਥੀਆਂ ਨੇ ਵੋਟਾਂ ਪਾਉਣੀਆਂ, ਉਹ ਪੰਜਾਬ ਦੀ ਇੱਕੋ ਇੱਕ ਸੁਖਨੈਬ ਜੀ ਐਸੀ ਯੂਨੀਵਰਸਿਟੀ ਹੈ ਜਿੱਥੋਂ ਦੇ ਵਿਦਿਆਰਥੀਆਂ ਨੂੰ ਆਪਣਾ ਪ੍ਰਤੀਨਿਧ ਚੁਣਨ ਦੇ ਲਈ ਵੋਟਾਂ ਪਾਉਣ ਦਾ ਅਧਿਕਾਰ ਹੈ ਤੇ ਉਸ ਸਾਰੀ ਵੋਟ ਪ੍ਰਕਿਰਿਆ ਦਾ ਪ੍ਰਬੰਧ ਜਿਹੜੀ ਹੈ ਉਹ ਯੂਨੀਵਰਸਿਟੀ ਦਾ ਪ੍ਰਸ਼ਾਸਨ ਕਰਦਾ। ਹੁਣ ਪਿਛਲੇ ਸਮੇਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਇਹਨਾਂ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਵੀ ਗੱਲਾਂ ਤੁਰੀਆਂ ਸੀ ਕਿ ਆਪਾਂ ਵਿਦਿਆਰਥੀ ਚੋਣਾਂ ਦੁਬਾਰਾ ਸ਼ੁਰੂ ਕਰਾਈਏ, ਪਰ ਕੰਮ ਨੇਪਰੇ ਨਹੀਂ ਚੜਿਆ। ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ 8 ਸਾਲ ਪਹਿਲਾਂ ਤੱਕ ਸਾਰਾ ਕੰਮ ਠੀਕ ਠਾਕ ਚੱਲਦਾ ਸੀ, ਥੋੜੀ ਬਹੁਤ ਇਧਰ ਉਧਰ ਦਖਲ ਅੰਦਾਜ਼ੀ ਹੁੰਦੀ ਸੀ। ਪਰ ਸੁਖਨੈਬ ਜੀ, ਪਿਛਲੇ 8 ਵਰ੍ਹਿਆਂ ਦੇ ਵਿੱਚ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਰਗਰਮ ਨੇ, ਉਹਨਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਦੀਆਂ ਸਿਆਸੀ ਪਾਰਟੀਆਂ ਨੇ ਇੰਨੀ ਜ਼ਿਆਦਾ ਘੁਸਪੈਠ ਕੀਤੀ ਕਿ ਵਿਦਿਆਰਥੀ ਚੋਣਾਂ ਦੇ ਵਿੱਚ ਸਿਆਸੀ ਪਾਰਟੀਆਂ ਦਾ ਏਜੰਡਾ ਵੱਧ ਸਾਹਮਣੇ ਰੱਖਿਆ ਜਾਂਦਾ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਘੱਟ ਸਾਹਮਣੇ ਰੱਖਿਆ ਜਾਂਦਾ। ਬਹੁਤ ਸਾਰੇ ਨੇਤਾ ਪੰਜਾਬ ਤੇ ਹਰਿਆਣੇ ਤੋਂ, ਖਾਸ ਤੌਰ ਤੇ ਪੰਜਾਬ ਤੋਂ ਪ੍ਰਚਾਰ ਕਰਨ ਦੇ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਪਹੁੰਚ ਗਿਆ। ਅਕਾਲੀ ਦਲ ਦੀ ਜਥੇਬੰਦੀ ਸੋਈ ਵੀ ਚੋਣਾਂ ਲੜ ਰਹੀ ਹੈ, ਸੋਪੂ ਵਰਗੀ ਵੱਡੀ ਜਥੇਬੰਦੀ ਨੇ ਬਿਨਾਂ ਸ਼ਰਤ ਹਮਾਇਤ ਦਿੱਤੀ। ਕਾਂਗਰਸ ਪਾਰਟੀ ਦਾ ਵਿਦਿਆਰਥੀ ਵਿੰਗ ਹੈ, ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ, ਉਹਨਾਂ ਨੇ ਵੀ ਆਪਣੇ ਉਮੀਦਵਾਰ ਖੜੇ ਕੀਤੇ ਤੇ ਗਾਂਧੀ ਗਰੁੱਪ ਨੇ ਉਹਨਾਂ ਦੀ ਹਮਾਇਤ ਕਰਤੀ। ਪਿਛਲੇ ਵਰੇ ਪੂਸੂ ਜਾਨੀ ਕਿ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਜਿਹੜੀ ਜੇਤੂ ਇਹੀ ਸੀ ਤੇ ਉਸ ਪੂਸੂ ਨੇ ਵੀ ਆਪਣੇ ਉਮੀਦਵਾਰ ਐਤਕੀ ਖੜੇ ਕੀਤੇ ਆ ਤੇ ਭਾਰਤੀ ਜਨਤਾ ਪਾਰਟੀ ਦਾ ਵਿਦਿਆਰਥੀ ਵਿੰਗ ਹੈ ABVP, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਉਹਨਾਂ ਨੇ ਵੀ ਐਤਕੀ ਇੱਕ ਵਾਰ ਫਿਰ ਇਹਨਾਂ ਚੋਣਾਂ ਦੇ ਵਿੱਚ ਆਪਣਾ ਹੱਥ ਅਜਮਾਉਣਾ ਸ਼ੁਰੂ ਕੀਤਾ ਹੋਇਆ। ਪਰ ਜਿੰਨੇ ਵੀ ਵਿਦਿਆਰਥੀ ਸੰਗਠਨਾਂ ਦਾ, ਵਿਦਿਆਰਥੀ ਜਥੇਬੰਦੀਆਂ ਦਾ ਜ਼ਿਕਰ ਸੁਖਨੈਬ ਜੀ ਨੇ ਹੁਣੇ ਹੁਣੇ ਕੀਤਾ, ਇਹਨਾਂ ਦੇ ਵਿੱਚੋਂ ਕੋਈ ਵੀ ਵਿਦਿਆਰਥੀ ਜਥੇਬੰਦੀ ਐਸੀ ਨਹੀਂ ਜਿਹੜੀ ਸਿਆਸੀ ਤੌਰ ਤੇ ਪ੍ਰਭਾਵ ਤੋਂ ਮੁਕਤ ਹੋਵੇ। ਕਿਸੇ ਨੇ ਕਿਸੇ ਸਿਆਸੀ ਪਾਰਟੀ ਦੇ ਨਾਲ ਕਿਸੇ ਦਾ ਸਿੱਧਾ ਤੇ ਕਿਸੇ ਦਾ ਅਸਿੱਧਾ ਸੰਬੰਧ ਹੈ। ਕਈ ਵਾਰੀ ਇੱਕ ਇੱਕ ਸਿਆਸੀ ਪਾਰਟੀ ਦੋ ਦੋ ਤਿੰਨ ਤਿੰਨ ਜਥੇਬੰਦੀਆਂ ਨੂੰ ਅੰਦਰ ਖਾਤੇ ਸਪੋਰਟ ਦਿੰਦੀ ਰਹਿੰਦੀ ਹੈ ਕਿ ਭਾਈ ਜਿਹੜਾ ਮਰਜ਼ੀ ਪ੍ਰਧਾਨ ਬਣੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ ਝੰਡਾ ਸਾਡਾ ਲਹਿਰਾਓ। ਪਰ ਹੁਣ ਪਿਛਲੇ ਸਮੇਂ ਦੇ ਵਿੱਚ ਇੱਕ ਨਵੀਂ ਜਿਹੜੀ ਵਿਦਿਆਰਥੀ ਜਥੇਬੰਦੀ ਇੱਥੇ ਹੋਂਦ ਦੇ ਵਿੱਚ ਆਈ ਹੈ, ਨਾਮ ਹੈ SFS, ਸਟੂਡੈਂਟਸ ਫੋਰ ਸੁਸਾਇਟੀ। ਪਿਛਲੀ ਵਾਰ ਇਹਨਾਂ ਨੇ ਪਹਿਲੀ ਵਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟ ਕੌਂਸਲ ਦੀਆਂ ਚੋਣਾਂ ਦੇ ਵਿੱਚ ਸੁਖਨੈਬ ਜੀ ਭਾਗ ਲਿਆ ਤੇ 2494 ਪ੍ਰਧਾਨਗੀ ਦੇ ਲਈ ਵੋਟਾਂ ਹਾਸਲ ਕਰਕੇ ਕਹਿੰਦੀਆਂ ਕਹਾਉਂਦੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਵਕਤ ਪਾਤਾ, ਬਹੁਤ ਥੋੜੀਆਂ ਵੋਟਾਂ ਦੇ ਨਾਲ ਹਾਰਿਆ ਇਹਨਾਂ ਦਾ ਉਮੀਦਵਾਰ। ਹੁਣ ਐਤਕੀ ਵੀ ਇਹਨਾਂ ਨੇ ਜਿਸ ਤਰੀਕੇ ਦਾ ਇਲੈਕਸ਼ਨ ਮੈਨੀਫੈਸਟੋ ਜਾਰੀ ਕੀਤਾ, ਜਿਸ ਤਰੀਕੇ ਪੂਰਾ ਸਾਲ ਇਹਨਾਂ ਨੇ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ, ਉਹਨੂੰ ਵੇਖਦਿਆਂ ਲੱਗਦਾ ਕਿ 8 ਸਾਲ ਦੇ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸਟੂਡੈਂਟ ਕੌਂਸਲ ਦੀਆਂ ਚੋਣਾਂ ਜਿਹੜੀਆਂ ਅਸਲ ਦੇ ਵਿੱਚ ਆਪਣੇ ਆਸ਼ੇ ਦੇ ਵੱਲ, ਆਪਣੇ ਉਦੇਸ਼ ਦੇ ਵੱਲ ਵਧਦੀਆਂ ਪ੍ਰਤੀਤ ਹੋ ਰਹੀਆਂ। ਨਹੀਂ ਤਾਂ ਸੁਖਨੈਬ ਜੀ, ਜਦੋਂ ਤੱਕ SFS ਮੈਦਾਨ ਦੇ ਵਿੱਚ ਨਹੀਂ ਸੀ, ਸਿਆਸੀ ਪਾਰਟੀਆਂ ਦਾ ਗੱਲਬਾਤ ਜਥੇਬੰਦੀਆਂ ਤੇ ਵੱਧ ਰਿਹਾ ਸੀ, ਹੁੰਦਾ ਕੀ ਸੀ
ਰਾਤੋ ਰਾਤ ਯੂਨੀਵਰਸਿਟੀ ਦੇ ਸਾਰੇ ਹੌਸਲਾ ਸਾਰੇ ਡਿਪਾਰਟਮੈਂਟਾਂ ਦੇ ਵਿੱਚ 10-10, 12-12 ਹਜ਼ਾਰ ਪੋਸਟ ਚਿਪਕਾਤਾ ਜਾਣਾ ਕਿ ਭਾਈ ਪ੍ਰਧਾਨਗੀ ਦਾ ਉਮੀਦਵਾਰ ਆ। 100-150 ਕਾਰਾਂ ਬੱਸਾਂ ਲੈ ਕੇ ਜਿਹੜੀਆਂ ਯੂਨੀਵਰਸਿਟੀ ਕੈਂਪਸ ਦੇ ਅੰਦਰ ਰੈਲੀਆਂ ਕੱਢੀਆਂ ਜਾਣੀਆਂ ਕਿ ਭਾਈ ਤੁਸੀਂ ਇਸ ਤਰੀਕੇ ਨਾਲ ਸਾਨੂੰ ਵੋਟਾਂ ਪਾਓ, ਦੇਖੋ ਸਾਡਾ ਟੌਰ ਟੱਪਾ ਕਿੰਨਾ। ਪਰ ਇਹਦੇ ਬਾਵਜੂਦ ਵੀ ਵਿਦਿਆਰਥੀਆਂ ਦੇ ਜਿਹੜੇ ਅਸਲ ਦੇ ਵਿੱਚ ਮਸਲੇ ਸੀ, ਉਹ ਵਿਦਿਆਰਥੀਆਂ ਦੇ ਮਸਲਿਆਂ ਦੀ ਥਾਂ ਜਿਹੜੀ ਕੋਈ ਵੀ ਜਥੇਬੰਦੀ ਬਹੁਤਾ ਜ਼ਿਆਦਾ ਪਾਉਂਦੀ ਨਹੀਂ ਸੀ, ਪਰ ਜਦੋਂ ਦੀ SSS ਆਈ ਹੈ ਇਹਨਾਂ ਨੇ ਸਿੱਧੇ ਤੌਰ ਦੇ ਉੱਤੇ ਸਿਆਸੀ ਲੀਡਰਾਂ ਨੂੰ ਨਕਾਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਦੇ ਵਿੱਚੋਂ ਬਹੁਤ ਗਿਣਤੀ ਜਿਹੜੇ ਨੌਜਵਾਨ ਨੇ ਉਹਨਾਂ ਦਾ ਕਿਸੇ ਤਰੀਕੇ ਦਾ ਸਿਆਸੀ ਪਿਛੋਕੜ ਨਹੀਂ, ਤੇ ਜਿਸ ਤਰੀਕੇ ਦੇ ਨਾਲ ਪੂਰਾ ਸਾਲ ਸੁਖਨਾਬ ਜੀ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਰਗਰਮੀ ਕੀਤੀ, ਰਾਜਨੀਤਿਕ ਸਮਾਜਿਕ ਤੇ ਸਿਆਸੀ ਮਸਲਿਆਂ ਦੇ ਉੱਤੇ ਲਗਾਤਾਰ ਕਨਵੈਨਸ਼ਨਾਂ ਕਰਾਈਆਂ, ਕਾਕਾ ਸ਼ਾਹੀ ਨੂੰ ਯੂਨੀਵਰਸਿਟੀ ਤੋਂ ਬਾਹਰ ਕੱਢਣ ਦਾ ਐਲਾਨ ਕਰ ਦਿੱਤਾ ਕਿ ਜੇ ਸਾਨੂੰ ਸਟੂਡੈਂਟ ਕੌਂਸਲ ਦੇ ਵਿੱਚ ਵਿਦਿਆਰਥੀ ਚੁਣੋਗੇ, ਅਸੀਂ ਜਿਹੜੀ ਕਾਕਾ ਸ਼ਾਹੀ ਹੈ ਖਤਮ ਕਰਨੀ। ਹੁਣ ਕਾਕਾ ਸ਼ਾਹੀ ਕੀ ਹੈ ਸੁਖਨਾਬ ਜੀ? ਕਾਕਾ ਸ਼ਾਹੀ ਦਾ ਭਾਵ ਇਹ ਹੈ ਕਿ ਕਿਸੇ ਮੰਤਰੀ ਦਾ ਪੁੱਤ ਆ ਗਿਆ, ਕਿਸੇ ਵਿਰੋਧੀ ਧਿਰ ਦੇ ਲੀਡਰ ਦਾ ਪੁੱਤ ਆ ਗਿਆ, ਕਿਸੇ ਕਹਿੰਦੇ ਕਹਾਉਂਦੇ ਅਮੀਰ ਪਰਿਵਾਰ ਦਾ ਪੁੱਤ ਜਿਹੜਾ ਯੂਨੀਵਰਸਿਟੀ ਦੇ ਵਿੱਚ ਆ ਗਿਆ, ਜੀਪਾਂ ਰੱਖੀਆਂ ਹੋਈਆਂ, ਠੀਕ ਹੈ ਵਧੀਆ ਸ਼ਦੀ ਕੱਪੜੇ ਪਾਉਣੇ ਆ ਬ੍ਰਾਂਡਡ, ਤੇ ਫਿਰ ਕੁੜੀਆਂ ਦੇ ਨਾਲ ਬਹੁਤ ਵੱਡੀ ਬਦਤਮੀਜ਼ੀ ਵੀ ਇਹਨਾਂ ਦੇ ਵਿੱਚੋਂ ਕੁਝ ਲੋਕ ਕਰਦੇ ਸੀ। ਆਪਾਂ ਇਹ ਨਹੀਂ ਕਹਿੰਦੇ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਬੱਚੇ ਜਿਹੜੇ ਨੇ ਉਸ ਤਰੀਕੇ ਦਾ ਵਿਵਹਾਰ ਕਰਦੇ ਆ, ਜਾਂ ਜਿੰਨੇ ਵੀ ਚੰਡੀਗੜ੍ਹ ਅਮੀਰ ਪਰਿਵਾਰਾਂ ਦੇ ਬੱਚੇ ਜਾਂਦੇ ਆ ਉਸ ਤਰੀਕੇ ਦਾ ਵਿਵਹਾਰ ਕਰਦੇ ਆ, ਬਹੁਤ ਸਾਰੇ ਮਿਹਨਤੀ ਵੀ ਨੇ, ਪਰ ਫਿਰ ਵੀ ਕਾਕਾ ਸ਼ਾਹੀ ਦਾ ਜਿਹੜਾ ਮੁੱਦਾ ਇਸ ਵਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸਟੂਡੈਂਟ ਕੌਂਸਲ ਦੀਆਂ ਚੋਣਾਂ ਦੇ ਵਿੱਚ ਬਹੁਤ ਨਿਖਰ ਕੇ ਸਾਹਮਣੇ ਆਇਆ, ਉਸ ਮੁੱਦੇ ਨੇ ਸੁਖਨਾਬ ਜੀ ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਵਿਦਿਆਰਥਣਾਂ ਪੜ੍ਹਦੀਆਂ ਉਹਨਾਂ ਦਾ ਧਿਆਨ SSS ਵੱਲ ਆਕਰਸ਼ਿਤ ਕਰ ਦਿੱਤਾ, ਜਿਹਨੂੰ ਵੇਖਦਿਆਂ ਲੱਗਦਾ ਕਿ ਐਤਕੀ SSS ਜਿਹੜੀ ਹੈ ਉਹ ਬਹੁਤ ਵੱਡੀ ਭੂਮਿਕਾ ਨਿਭਾਏਗੀ, ਤੇ ਹੋ ਸਕਦਾ ਕਿ ਚਾਰੋ ਜਿਹੜੇ ਮੁੱਖ ਅਹੁਦੇ ਨੇ ਉਹਨਾਂ ਨੂੰ ਜਿੱਤਣ ਦੇ ਵਿੱਚ ਵੀ ਸਟੂਡੈਂਟ ਔਰ ਸੋਸਾਇਟੀ ਜਥੇਬੰਦੀ ਦੇ ਉਮੀਦਵਾਰ ਜਿਹੜੇ ਉਹ ਕਾਮਯਾਬ ਰਹਿਣ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਪੱਕੀ ਹੈ ਸੁਖਨਾਬ ਜੀ, ਭਾਵੇਂ SSS ਜਿੱਤੇ ਤੇ ਭਾਵੇਂ ਕੋਈ ਹੋਰ ਵਿਦਿਆਰਥੀ ਜਥੇਬੰਦੀ, ਪਰ SSS ਦੇ ਦਬਾਅ ਦੇ ਕਰਕੇ ਉਹਨਾਂ ਨੂੰ ਕੰਮ ਸਿਆਸੀ ਤੌਰ ਦੇ ਉੱਤੇ ਘੱਟ ਤੇ ਵਿਦਿਆਰਥੀਆਂ ਦੇ ਹਿੱਤ ਦੇ ਵਿੱਚ ਵੱਧ ਕਰਨਾ ਪਏਗਾ ਜੀ। ਵਟਸਐਪ ਅਗਲੀ ਖਬਰ ਦੇ ਵੱਲ ਵਧੀਏ ਜੀ, ਤੇ ਨਾਲ ਮੈਂ ਦੱਸ ਰਿਹਾ ਉਦੋਂ ਪਹਿਲਾਂ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਥੋੜਾ ਜਿਹਾ ਇੱਕ ਘੰਟਾ ਪਹਿਲਾਂ ਹੁਣ ਸ਼ੁਰੂ ਹੋਣ ਲੱਗੇ ਨੇ, ਜਿਹੜੇ ਲਾਈਵ ਪ੍ਰੋਗਰਾਮ ਨੇ ਰੇਡੀਓ ਚੰਨ ਪ੍ਰਦੇਸੀ ਦੇ। ਅਮਨ ਲਾਈਵ ਦਾ ਟਾਈਮ ਇੰਡੀਆ ਦੇ ਮੁਤਾਬਕ ਸਵੇਰੇ 5:30 ਸੋਰੀ ਸ਼ਾਮ ਨੂੰ, ਤੇ ਸ਼ਿਕਾਗੋ ਦੇ 7:00 ਉਹ ਪ੍ਰੋਗਰਾਮ ਸ਼ੁਰੂ ਹੁੰਦਾ ਜੀ, ਅਮਨ ਬੇਦੀ ਉਸ ਨੂੰ ਹੋਸਟ ਕਰਦੇ ਆ। ਉਸ ਤੋਂ ਬਾਅਦ ਬਾਈ ਗੁਰਪ੍ਰੀਤ ਤੇ ਸੰਦੀਪ ਹੈ ਜਿਹੜੇ ਉਹ ਆਪਦਾ ਪ੍ਰੋਗਰਾਮ ਲੈ ਕੇ ਆਉਂਦੇ ਜੀ 6:30 ਇੰਡੀਆ ਦੇ ਟਾਈਮ ਦੇ ਮੁਤਾਬਕ, ਉਦੋਂ ਸ਼ਿਕਾਗੋ ਦੇ ਵਿੱਚ 8:00 ਜਾਂਦੇ ਆ ਤੇ ਟੋਰਾਂਟੋ ਦੇ ਵਿੱਚ ਸਵੇਰ ਦੇ 9:00 ਜਾਂਦੇ ਆ। 10:00 ਤੁਸੀਂ ਸਿੱਧੂ ਲਾਈਵ ਸ਼ੋਅ ਪ੍ਰੋਗਰਾਮ ਹੈ ਜਿਹੜਾ ਟੋਰਾਂਟੋ ਦੇ ਟਾਈਮ ਦੇ ਮੁਤਾਬਕ ਸੁਣਦੇ ਹੋ, ਤੇ ਇਹ ਉਦੋਂ ਸਟਾਰਟ ਹੁੰਦਾ ਜਦੋਂ 9:00 ਨੇ, ਘੜੀ ਦੀਆਂ ਸੂਈਆਂ ਉੱਤੇ ਆਉਂਦੀਆਂ ਨੇ ਸ਼ਿਕਾਗੋ ਦੇ ਵਿੱਚ 9:00 ਦੇ ਮੁਤਾਬਕ। ਸੋ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਥੋੜਾ ਜਿਹਾ ਬਦਲਾਅ ਹੋਇਆ, ਇੱਕ ਘੰਟਾ ਵੱਧ ਸੁਣੋ ਹੁਣ ਲਾਈਵ ਪ੍ਰੋਗਰਾਮ ਸਾਡੇ ਸੁਣਨ ਨੂੰ ਮਿਲਦੇ ਆ। ਤੇ ਵਟਸਐਪ ਕਰੀਏ ਜੀ ਗੱਲ ਪੰਜਾਬ ਦੇ ਸ਼ਹਿਰਾਂ ਸੰਬੰਧੀ, ਨਵਜੋਤ ਸਿੰਘ ਸਿੱਧੂ ਦਾ ਨਵਾਂ ਐਲਾਨ ਉਹਦੀ। ਸੁਖਨਾਬ ਜੀ, ਇਹ ਬਹੁਤ ਮਹੱਤਵਪੂਰਨ ਗੱਲ ਹੈ ਕਿ ਪੰਜਾਬ ਦੇ ਸ਼ਹਿਰਾਂ ਦਾ ਜਿਹੜਾ ਸਿਸਟਮ ਹੈ, ਜਿਹੜਾ ਢਾਂਚਾ ਹੈ, ਉਹਦੇ ਵਿੱਚ ਸੁਧਾਰ ਦੀ ਉਮੀਦ ਬੱਝੀ ਹੈ। ਹਾਲਾਂਕਿ ਅਜੇ ਐਲਾਨ ਹੋਇਆ, ਅਜੇ ਕਾਗਜ਼ੀ ਪੱਤਰੀ ਹੈ, ਸਾਰੀਆਂ ਚੀਜ਼ਾਂ ਉਹਨੇ ਪ੍ਰੈਕਟੀਕਲੀ ਜ਼ਮੀਨ ਦੇ ਉੱਤੇ ਲਾਗੂ ਅਜੇ ਹੋਣਾ। ਪਰ ਨਵਜੋਤ ਸਿੰਘ ਸਿੱਧੂ ਨੇ ਜਿਸ ਤਰੀਕੇ ਦਹਾਕਿਆਂ ਤੋਂ ਬੰਦ ਪੰਜਾਬ ਦੇ ਸ਼ਹਿਰਾਂ ਦੇ ਸੀਵਰੇਜਾਂ ਦੀ ਸਫਾਈ ਦਾ ਕੰਮ ਸ਼ੁਰੂ ਕਰਾਇਆ, ਜਿਸ ਤਰੀਕੇ ਉਹਨਾਂ ਨੇ ਪੰਜਾਬ ਦੇ ਵੱਡੇ ਸ਼ਹਿਰਾਂ ਦੀਆਂ ਜਿਹੜੀਆਂ ਨਿਗਮਾਂ ਨੇ ਉੱਥੋਂ ਦੇ ਬਾਬੂ ਕੁਝ ਇੱਕ ਗਿਣਤੀ ਦੇ ਵਿੱਚ ਜਿਹੜੇ ਬਹੁਤ ਵੱਡੀ ਪੱਧਰ ਦੇ ਉੱਤੇ ਰਿਸ਼ਵਤ ਲੈਂਦੇ ਸੀ, ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ, ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ। ਜਿਸ ਤਰੀਕੇ ਨਵਜੋਤ ਸਿੰਘ ਸਿੱਧੂ ਨੇ ਸ਼ਹਿਰਾਂ ਦੇ ਅੰਦਰ ਜਿਹੜੇ ਕੂੜਾ ਕਰਕਟ ਸੋਧਣ ਵਾਲੇ ਸਾਂਭਣ ਵਾਲੇ ਪਲਾਂਟ ਨੇ ਉਹਨਾਂ ਨੂੰ ਸ਼ਹਿਰਾਂ ਤੋਂ ਬਾਹਰ ਕੱਢਣ ਦੇ ਹੱਕ ਦੇ ਵਿੱਚ ਠੋਕ ਕੇ ਸਟੈਂਡ ਲਿਆ, ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਉਮੀਦ ਬੱਝੀ ਹੈ। ਖਾਸ ਤੌਰ ਤੇ ਉਹ ਲੋਕ ਜਿਹੜੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵਸਦੇ ਨੇ ਕਿ ਭਾਈ ਸਾਡੀਆਂ ਜਿਹੜੀਆਂ ਬਹੁਤ ਲੰਬੇ ਸਮੇਂ ਦੀਆਂ ਸ਼ਿਕਾਇਤਾਂ ਨੇ, ਸਮੱਸਿਆਵਾਂ ਨੇ, ਉਹਨਾਂ ਨੂੰ ਹੁਣ ਦੂਰ ਕੀਤਾ ਜਾ ਸਕਦਾ ਨਵਜੋਤ ਸਿੰਘ ਸਿੱਧੂ ਵੱਲੋਂ। ਨਵਾਂ ਐਲਾਨ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਕੀਤਾ ਉਹ ਵੀ ਬਹੁਤ ਮਹੱਤਵਪੂਰਨ ਹੈ। ਸੁਖਨਾਬ ਜੀ, ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਕਿਸੇ ਵਿਅਕਤੀ ਨੇ ਕੋਈ ਬਿਲਡਿੰਗ ਬਣਾਉਣੀ ਹੈ, ਕੋਈ ਇਮਾਰਤ ਖੜੀ ਕਰਨੀ ਹੈ ਘਰੇਲੂ ਵਰਤੋਂ ਦੇ ਲਈ, ਜਾਂ ਉਹਨਾਂ ਨੇ ਇਮਾਰਤ ਜਿਹੜੀ ਉਹ ਖੜੀ ਕਰਨੀ ਹੈ ਆਪਣੇ ਵਪਾਰਕ ਵਰਤੋਂ ਦੇ ਲਈ, ਕੋਠੀ ਪਾਉਣੀ ਹੈ, ਘਰ ਬਣਾਉਣਾ ਹੈ, ਦੁਕਾਨ ਬਣਾਉਣੀ ਹੈ, ਕੰਸਟਰਕਸ਼ਨ ਕੋਈ ਹੋਰ ਕਰਨੀ ਹੈ, ਤਾਂ ਸਭ ਤੋਂ ਪਹਿਲੀ ਜ਼ਰੂਰਤ ਹੁੰਦੀ ਹੈ ਨਕਸ਼ਾ ਪਾਸ ਕਰਾਉਣਾ। ਹੁਣ ਬੰਦਾ ਨਕਸ਼ਾ ਬਣਵਾ ਕੇ ਫਾਈਲ ਦੇ ਵਿੱਚ ਸਾਰੇ ਡਾਕੂਮੈਂਟ ਲਾ ਕੇ, ਹੁਣ ਜਿਹੜੇ ਸਰਕਾਰੀ ਬਾਬੂ ਹੁੰਦੇ ਆ ਉਹਨਾਂ ਦੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਬਾਬੂ, ਕਦੇ ਇੱਕ ਨੁਕਸ ਕੱਢਦਾ, ਕਦੇ ਦੂਸਰਾ ਨੁਕਸ ਕੱਢਦਾ, ਤੇ 10-15 ਦਿਨੀ ਜਦੋਂ ਖੱਜਲ ਖਰਾਬ ਕਰਕੇ ਕਹਿੰਦਾ ਇੰਨੇ ਪੈਸੇ ਲੱਗਣਗੇ ਨਕਸ਼ਾ ਪਾਸ ਹੋ ਜੂ, ਪੈਸੇ ਲੈ ਕੇ ਅਗਲੇ ਦਿਨ ਤੱਕ ਨਕਸ਼ਾ ਪਾਸ ਹੋ ਜਾਂਦਾ। ਹੁਣ ਇਸ ਸਮੱਸਿਆ ਦੇ ਵਿੱਚੋਂ
ਪੰਜਾਬ ਦੇ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਹਿ ਦਿੱਤਾ ਕਿ ਅਸੀਂ ਨਕਸ਼ਿਆਂ ਦਾ ਸਿਸਟਮ ਜਿਹੜਾ ਅਪਲਾਈ ਕਰਨ ਦਾ, ਪਾਸ ਕਰਨ ਦਾ, ਲੋਕਾਂ ਨੂੰ ਉਸ ਪਾਸ ਕੀਤੇ ਦੀ ਸੂਚਨਾ ਦੇਣ ਦਾ ਆਨਲਾਈਨ ਕਰਨਾ ਹੈ। ਉਹਨਾਂ ਨੇ ਕਹਿ ਦਿੱਤਾ ਕਿ ਪਹਿਲੇ ਪੜਾਅ ਦੇ ਵਿੱਚ 8 ਵੱਡੇ ਸ਼ਹਿਰ ਜਿੱਥੇ ਨਿਗਮਾਂ ਨੇ ਉਹਨਾਂ ਦੇ ਵਿੱਚ ਅਸੀਂ ਇਹ ਫਾਰਮੂਲਾ ਲਾਗੂ ਕਰਨ ਜਾ ਰਹੇ ਹਾਂ। ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ, ਬਠਿੰਡਾ, ਮੋਗਾ, ਫਗਵਾੜਾ ਤੇ ਪਠਾਨਕੋਟ। ਉਹ ਕਹਿੰਦੇ ਇਹਨਾਂ 8 ਸ਼ਹਿਰਾਂ ਦੇ ਵਿੱਚ ਹੁਣ ਅਸੀਂ ਕੁਝ ਇੱਕ ਪ੍ਰਾਈਵੇਟ ਕੰਪਨੀਆਂ ਦੇ ਨਾਲ ਰਾਬਤਾ ਕਾਇਮ ਕਰ ਲਿਆ, ਉਹ ਸਾਨੂੰ ਬਿਨਾਂ ਕੋਈ ਪੈਸਾ ਧੇਲਾ ਲਿਆ ਅਸਿਸਟ ਕਰਨਗੇ, ਤੇ ਜਿਹੜੇ ਰਜਿਸਟਰਡ ਨਕਸ਼ਾ ਨਵੀਸ ਨੇ ਕੇਵਲ ਉਹਨਾਂ ਕੋਲ ਅਥਾਰਟੀ ਹੋਏਗੀ ਕਿ ਉਹ ਪੰਜਾਬ ਸਰਕਾਰ ਦੇ ਸੰਬੰਧਿਤ ਵਿਭਾਗ ਨੂੰ ਕਿਸੇ ਨਵੀਂ ਉਸਾਰੀ ਜਾਣ ਵਾਲੀ ਬਿਲਡਿੰਗ ਦਾ ਨਕਸ਼ਾ ਜਿਹੜਾ ਆਨਲਾਈਨ ਅਪਲਾਈ ਕਰ ਸਕਣਗੇ, ਹੋਰ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੋਏਗਾ। ਇਹਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਨੇ ਸਪਸ਼ਟ ਕਰ ਦਿੱਤਾ, ਉਹ ਕਹਿੰਦੇ ਕਿ ਅੱਜ ਤੁਸੀਂ ਨਕਸ਼ਾ ਅਪਲਾਈ ਕੀਤਾ, ਤੁਹਾਨੂੰ ਉਹਦਾ ਕੋਈ ਰਿਪਲਾਈ ਆਉਂਦਾ ਨਹੀਂ ਆਉਂਦਾ, ਤੁਹਾਡੇ ਨਕਸ਼ੇ ਤੇ ਇਤਰਾਜ਼ ਲੱਗ ਕੇ ਤੁਹਾਨੂੰ ਕੁਝ ਦੱਸਿਆ ਵਿਭਾਗ ਵੱਖਰੀ ਗੱਲ ਹੈ, ਤੁਹਾਡਾ ਨਕਸ਼ਾ ਉਹ ਫੇਲ ਕਰ ਦੇਣ ਵੱਖਰੀ ਗੱਲ ਹੈ, ਤੁਹਾਡਾ ਨਕਸ਼ਾ ਪਾਸ ਕਰ ਦੇਣ ਵੱਖਰੀ ਗੱਲ ਹੈ, ਪਰ ਜੇ 30 ਦਿਨ ਦੇ ਅੰਦਰ ਅੰਦਰ ਸੰਬੰਧਿਤ ਸਰਕਾਰੀ ਵਿਭਾਗ ਵੱਲੋਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਰਿਪਲਾਈ ਨਹੀਂ ਆਉਂਦਾ, ਨਾ ਪਾਸ ਦਾ, ਨਾ ਫੇਲ ਦਾ, ਨਾ ਇਤਰਾਜ਼ ਦਾ, ਤਾਂ ਪੰਜਾਬ ਦੇ ਲੋਕ ਫਿਰ ਆਪਣੇ ਆਪ ਸਮਝ ਲੈਣ ਕਿ ਉਹਨਾਂ ਦਾ ਨਕਸ਼ਾ ਪਾਸ ਹੈ, ਉਹਨੂੰ ਫਿਰ ਸਰਕਾਰ ਦੀ ਕੋਈ ਵੀ ਚੈਲੰਜ ਨਹੀਂ ਕਰ ਸਕਦੀ। ਦੂਸਰੇ ਪਾਸੇ ਇਹ ਵੀ ਕਹਿ ਦਿੱਤਾ ਗਿਆ ਕਿ ਜੇ ਨਕਸ਼ੇ ਅਪਲਾਈ ਕਰਨ ਦੀ ਪ੍ਰਕਿਰਿਆ ਦੇ ਉੱਤੇ ਬਹੁਤੇ ਅਧਿਕਾਰੀਆਂ ਨੇ ਧਿਆਨ ਨਹੀਂ ਦਿੱਤਾ ਤੇ 30 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ, ਲੋਕਾਂ ਨੇ ਬਿਲਡਿੰਗਾਂ ਆਪ ਬਣਾ ਲਈਆਂ, ਤੇ ਜੇ ਉਹਨਾਂ ਬਿਲਡਿੰਗਾਂ ਦੇ ਵਿੱਚ ਕੋਈ ਨੁਕਸ ਹੁੰਦਾ ਤਾਂ ਉਹਦੀ ਜ਼ਿੰਮੇਵਾਰੀ ਪੂਰੀ ਦੀ ਪੂਰੀ ਜਿਹੜੀ ਹੈ ਉਹ ਸਰਕਾਰ ਦੇ ਸੰਬੰਧਿਤ ਅਧਿਕਾਰੀ ਦੀ ਹੋਏਗੀ। ਇਹਦੇ ਨਾਲ ਨਾਲ ਸੁਖਨੈਬ ਜੀ ਇਹ ਵੀ ਗੱਲ ਸਪਸ਼ਟ ਕਰ ਦਿੱਤੀ ਗਈ ਕਿ ਜਿਹੜਾ ਨਕਸ਼ਾ ਨਵੀਸ ਰਜਿਸਟਰਡ ਹੋਏਗਾ, ਜਿਹਨਾਂ ਦੀ ਗਿਣਤੀ ਪੰਜਾਬ ਦੇ ਵਿੱਚ ਤਕਰੀਬਨ 1000 ਹੈ, ਉਹ ਅਪਲਾਈ ਕਰੇਗਾ, ਉਹਦੀਆਂ ਜ਼ਿੰਮੇਵਾਰੀਆਂ ਬਹੁਤ ਹੋਣਗੀਆਂ। ਪਹਿਲੀ ਜ਼ਿੰਮੇਵਾਰੀ ਉਹਦੀ ਇਹ ਹੋਏਗੀ ਕਿ ਉਹ ਬਿਲਕੁਲ ਠੀਕ ਸਰਕਾਰ ਦੇ ਨਿਯਮਾਂ ਦੇ ਮੁਤਾਬਿਕ ਨਕਸ਼ਾ ਬਣਾਏ, ਉਹ ਨਿਯਮਾਂ ਦੇ ਮੁਤਾਬਿਕ ਨਕਸ਼ਾ ਬਣਾ ਕੇ ਆਨਲਾਈਨ ਅਪਲਾਈ ਕਰੇ। ਨਕਸ਼ੇ ਦੇ ਪਾਸ ਹੋ ਜਾਣ ਤੋਂ ਬਾਅਦ ਉਹਦੀ ਡਿਊਟੀ ਹੈ ਕਿ ਉਹ ਨਕਸ਼ੇ ਦੇ ਮੁਤਾਬਿਕ ਹੀ ਸਾਰੀ ਕੰਸਟਰਕਸ਼ਨ ਜਿਹੜੀ ਹੈ ਸੋਧ ਦੇਵੇ, ਤੇ ਨਾਲ ਦੀ ਨਾਲ ਸਰਕਾਰ ਨੇ ਜ਼ਿੰਮੇਵਾਰੀ ਇਹ ਵੀ ਨਕਸ਼ਾ ਨਵੀਸੀ ਨਿਰਧਾਰਿਤ ਕੀਤੀ ਹੈ ਕਿ ਜੇ ਉਸ ਪਾਸ ਹੋਏ ਨਕਸ਼ੇ ਤੋਂ ਬਿਨਾਂ ਕਿਸੇ ਹੋਰ ਤਰੀਕੇ ਦੀ ਕੰਸਟਰਕਸ਼ਨ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਸੰਬੰਧਿਤ ਪਰਿਵਾਰ, ਸੰਬੰਧਿਤ ਮਾਲਕ ਕਰਦਾ, ਤਾਂ ਤੁਰੰਤ ਜਿਹੜਾ ਸੰਬੰਧਿਤ ਵਿਭਾਗ ਨੂੰ ਸੂਚਨਾ ਦੇਣੀ ਉਸ ਨਕਸ਼ਾ ਨਵੀਸ ਦੀ ਜ਼ਿੰਮੇਵਾਰੀ ਹੋਏਗੀ। ਹੋਰ ਕਿਸੇ ਵੀ ਤਰੀਕੇ ਇਸ ਮਾਮਲੇ ਨੂੰ ਕਹਿੰਦੇ ਥੱਲੇ ਨਹੀਂ ਜਾ ਸਕਦਾ। ਸੋ ਇੱਕ ਪਾਸੇ ਤਾਂ ਅਧਿਕਾਰੀਆਂ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਹੈ ਕਿ 30 ਦਿਨਾਂ ਦੇ ਵਿੱਚ ਵਿੱਚ ਤੁਸੀਂ ਨਕਸ਼ਾ ਪਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਭੇਜਣਾ ਜ਼ਰੂਰ ਹੈ। ਦੂਸਰੇ ਪਾਸੇ ਜਿਹੜੇ ਨਕਸ਼ਾ ਨਵੀਸ ਨੇ ਉਹਨਾਂ ਦੀ ਡਿਊਟੀ ਲਾਤੀ ਕਿ ਭਾਈ ਜੇ ਨਕਸ਼ਾ ਜਿਹੜਾ ਪਾਸ ਹੋਇਆ ਉਹਦੇ ਮੁਤਾਬਿਕ ਕੰਮ ਨਹੀਂ ਹੁੰਦਾ ਤਾਂ ਸਭ ਤੋਂ ਪਹਿਲੀ ਜ਼ਿੰਮੇਵਾਰੀ ਤੁਹਾਡੀ ਹੈ, ਤੁਸੀਂ ਉਹਨੂੰ ਪੂਰਾ ਕਰਨਾ। ਤੀਸਰੇ ਪਾਸੇ ਹੁਣ ਨਾਲ ਦੀ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਜੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵੱਸਦੇ ਲੋਕਾਂ ਨੂੰ ਘੱਟੋ ਘੱਟ ਇਸ ਤਰੀਕੇ ਦੇ ਜਿਹੜੇ ਦਫ਼ਤਰੀ ਕੰਮ ਨੇ ਉਹਨਾਂ ਦਫ਼ਤਰੀ ਕੰਮਾਂ ਦੇ ਵਿੱਚ ਦੇਰੀ ਨਾ ਹੋਈ, ਉਹਨਾਂ ਦਫ਼ਤਰੀ ਕੰਮਾਂ ਦੇ ਬਹੁਤੇ ਜਿਹੜੇ ਕੰਮ ਨੇ ਬਿਨਾਂ ਪੈਸੇ ਲੈਣ ਦੇਣ ਤੋਂ ਹੋ ਗਏ, ਤਾਂ ਨਵਜੋਤ ਸਿੰਘ ਸਿੱਧੂ ਦਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪੈਂਤਲਾ ਤੇ ਬਹੁਤ ਵੱਡਾ ਜਿਹੜਾ ਇਹ ਉਹਨਾਂ ਦੀ ਪ੍ਰਾਪਤੀ ਵਾਲਾ ਕੰਮ ਹੋਏਗਾ। ਦੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੇ ਜਿੰਨੀਆਂ ਕੁ ਪਲੈਨਿੰਗ, ਜਿੰਨੀਆਂ ਕੁ ਯੋਜਨਾਵਾਂ ਜਿਹੜੀਆਂ ਨੇ ਉਹ ਸਾਹਮਣੇ ਲਿਆ ਕੇ ਰੱਖੀਆਂ, ਉਹਨਾਂ ਦੇ ਵਿੱਚੋਂ ਜ਼ਮੀਨੀ ਪੱਧਰ ਦੇ ਉੱਤੇ ਕਿੰਨੀਆਂ ਕੁ ਲਾਗੂ ਹੁੰਦੀਆਂ ਨੇ। ਜੀ ਮਾਤ ਸਾਹਿਬ, ਇੱਕ ਬ੍ਰੇਕ ਲੈ ਲਈਏ ਛੋਟੀ ਜਿਹੀ, ਤੇ ਬ੍ਰੇਕ ਤੋਂ ਬਾਅਦ ਗੱਡੀ ਗੇਅਰ ਦੇ ਵਿੱਚ ਰੱਖਾਂਗੇ, ਤੁਸੀਂ ਥੋੜਾ ਜਿਹਾ ਹੋਲਡ ਰੱਖਿਓ। ਮਾਤ ਸਾਹਿਬ, ਮੁੱਖ ਮੰਤਰੀ ਸਾਹਿਬ ਨੇ ਅੱਜ ਨਿਯੁਕਤੀ ਪੱਤਰ ਵੰਡਤੇ, ਦੇਤੀ ਜੀ ਹਰ ਘਰ ਨੌਕਰੀ। ਸੁਖਨੈਬ ਜੀ, ਅੱਜ ਦੇਤੀਆਂ ਦੀ ਨੌਕਰੀਆਂ ਦੇਤੇ ਛੱਟੇ ਜਿੰਨੇ ਕੁ ਕੈਪਟਨ ਅਮਰਿੰਦਰ ਸਿੰਘ ਹੋਰੀ ਦੇ ਸਕਦੇ ਸੀ, ਪਰ ਇਸ ਮੁੱਦੇ ਦੇ ਉੱਤੇ ਉਹਨਾਂ ਦੀ ਆਲੋਚਨਾ ਜਿਹੜੀ ਹੈ ਉਹ ਠੋਕ ਵਜਾ ਕੇ ਹੋ ਰਹੀ ਹੈ। ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਹਿੱਸਾ ਲਿਆ, ਜਿਹਦੇ ਵਿੱਚ ਬਹੁਤ ਸਾਰੇ ਉਹ ਲੋਕ ਸ਼ਾਮਿਲ ਸੀ ਜਿਨ੍ਹਾਂ ਨੂੰ ਆਪਾਂ ਉਦਯੋਗਪਤੀ ਕਹਿੰਦੇ ਹਾਂ, ਫੈਕਟਰੀਆਂ ਦੇ ਮਾਲਕ ਕਹਿੰਦੇ ਹਾਂ। ਕੈਪਟਨ ਅਮਰਿੰਦਰ ਸਿੰਘ ਨੇ ਸੱਦਾ ਦਿੱਤਾ ਹੋਇਆ ਸੀ ਕਿ ਭਾਈ ਆਓ, ਅੱਜ ਆਪਾਂ ਬੈਠ ਕੇ ਗੱਲਬਾਤ ਕਰਨੀ ਹੈ, ਖੁੱਲ੍ਹ ਕੇ ਕੰਮ ਕਿਵੇਂ ਚੱਲੇਗਾ। ਤੇ ਇਸ ਸਮਾਗਮ ਦੇ ਵਿੱਚ 27,000 ਨੌਕਰੀਆਂ ਦੇਣ ਦਾ ਦਾਅਵਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਰ ਦਿੱਤਾ, ਤੇ ਇਹ
ਕੈਪਟਨ ਸਾਹਿਬ ਦੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਦੁਆਰਾ ਰੁਜ਼ਗਾਰ ਦੇਣ ਦਾ ਕੀਤਾ ਗਿਆ ਪਹਿਲਾ ਦਾਅਵਾ ਜੀ, ਉਹ ਕਹਿੰਦੇ ਦੇਖੋ 27,000 ਨਿਯੁਕਤੀ ਪੱਤਰ ਅਸੀਂ ਦੇ ਦਿੱਤੇ ਆ ਤੇ ਇਹਨਾਂ ਦੇ ਵਿੱਚੋਂ 24,000 ਨਿਯੁਕਤੀਆਂ ਜਿਹੜੀਆਂ ਉਹ ਨਿੱਜੀ ਕੰਪਨੀਆਂ ਦੇ ਵਿੱਚ ਨੇ, ਪ੍ਰਾਈਵੇਟ ਨੌਕਰੀਆਂ ਨੇ, ਤੇ 3,000 ਨੌਕਰੀਆਂ ਅਸੀਂ ਸਰਕਾਰੀ ਦਿੱਤੀਆਂ ਜੀ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਤਕਰੀਬਨ 3 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੇ ਲਈ ਅੱਜ ਅਸੀਂ ਜਿਹੜੇ MOU ਸਾਈਨ ਕੀਤੇ ਨੇ, ਸਹਿਮਤੀ ਪੱਤਰਾਂ ਦੇ ਉੱਤੇ ਸਹੀ ਪਾਈ ਹੈ। ਬੜੀ ਛੇਤੀ ਉਹ ਕਹਿੰਦੇ ਕਿ 3.5 ਲੱਖ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹਨਾਂ ਨੂੰ ਅਸੀਂ ਇਹਨਾਂ ਨਿੱਜੀ ਕੰਪਨੀਆਂ ਦੇ ਵਿੱਚ ਰੁਜ਼ਗਾਰ ਦਵਾਵਾਂਗੇ ਤੇ 50,000 ਦੇ ਕਰੀਬ ਨੌਜਵਾਨਾਂ ਦੀ ਭਰਤੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਵਿੱਚ ਕਰਨੀ ਹੈ ਜਿੱਥੇ ਅਸਾਮੀਆਂ ਖਾਲੀ ਪਈਆਂ। ਹੁਣ ਇਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅੱਜ ਜਿਹਨਾਂ ਨੂੰ ਅਸੀਂ ਨਿੱਜੀ ਕੰਪਨੀਆਂ ਦੇ ਵਿੱਚ ਕੰਮ ਦਵਾਇਆ ਉੱਥੇ ਪੈਕੇਜ ਸਾਲ ਦਾ 1.25 ਲੱਖ ਰੁਪਏ ਤੋਂ ਲੈ ਕੇ 21 ਲੱਖ ਦਾ, ਜਿਹਦੇ ਵਿੱਚ ਤਨਖਾਹ ਜਿਹੜੀ ਹੈ ਉਹ ਮਹੀਨੇ ਦੀ 10,000 ਤੋਂ ਲੈ ਕੇ 2.5 ਲੱਖ ਰੁਪਏ ਤੱਕ ਵੀ ਬਣਦੀ ਹੈ। ਤੇ ਕਪਤਾਨ ਸਾਹਿਬ ਨੂੰ ਜਦੋਂ ਪੱਤਰਕਾਰ ਭਾਈਚਾਰੇ ਨੇ ਪੁੱਛਿਆ ਜੀ 10,000 ਰੁਪਏ ਨਾਲ ਬਣਦਾ ਕੀ ਹੈ, ਉਹ ਕਹਿੰਦੇ ਇੱਦਾਂ ਦੀ ਘਬਰਾਉਣ ਦੀ ਗੱਲ ਨਹੀਂ ਹੁੰਦੀ, ਕੰਮ ਸ਼ੁਰੂ ਕਰਨਾ ਚਾਹੀਦਾ, ਹੌਲੀ ਹੌਲੀ ਤਨਖਾਹ ਆਪੇ ਵੱਧ ਜਾਂਦੀ ਹੈ। ਕਹਿੰਦੇ ਮੈਂ 350 ਰੁਪਏ ਤੋਂ ਫੌਜ ਦੇ ਵਿੱਚ ਤਨਖਾਹ ਜਿਹੜੀ ਮੈਨੂੰ ਮਿਲੀ ਸੀ ਮੈਂ ਆਪਣਾ ਕਰੀਅਰ ਉਸ ਤੋਂ ਸ਼ੁਰੂ ਕੀਤਾ ਸੀ, ਤੇ ਹੌਲੀ ਹੌਲੀ ਕਹਿੰਦੇ ਸਾਰਾ ਕੁਝ ਵੱਧਦਾ ਜਾਂਦਾ, ਇੱਦਾਂ ਦੀ ਗੱਲ ਕੋਈ ਨਹੀਂ, ਅਸੀਂ ਵੀ ਆਪਣੇ ਤੌਰ ਤੇ ਕੋਸ਼ਿਸ਼ ਕਰਾਂਗੇ ਕਿ ਨਿੱਜੀ ਕੰਪਨੀਆਂ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਦਿੰਦੀਆਂ ਉਹਦੇ ਵਿੱਚ ਚੰਗੇ ਪੈਸੇ ਦੇਣ ਜੀ। ਹੁਣ 21 ਰੁਜ਼ਗਾਰ ਮੇਲੇ ਲਾਏ ਗਏ, 27,000 ਨੌਜਵਾਨਾਂ ਨੂੰ ਭਰਤੀ ਕਰਨ ਦਾ ਦਾਅਵਾ ਆਪਾਂ ਸੱਚ ਮੰਨ ਲੈਂਦੇ ਕਿ 27,000 ਨੂੰ ਨੌਕਰੀ ਮਿਲੀ ਹੈ ਜੀ, ਪਰ 21 ਰੁਜ਼ਗਾਰ ਮੇਲਿਆਂ ਦੇ ਵਿੱਚੋਂ ਕੇਵਲ ਗੁਰਦਾਸਪੁਰ ਦੇ ਰੁਜ਼ਗਾਰ ਮੇਲੇ ਦੇ ਵਿੱਚ 30,000 ਤੋਂ ਵੱਧ ਨੌਜਵਾਨ ਆਏ, ਨੌਕਰੀ ਕੁੱਲ ਮਿਲੀ ਹੈ 27,000 ਨੂੰ। ਇਹਦਾ ਮਤਲਬ ਹੈ ਕਿ ਪੰਜਾਬ ਦੇ ਲੱਖਾਂ ਨੌਜਵਾਨਾਂ ਨੇ ਪਿਛਲੇ 15 ਦਿਨਾਂ ਦੇ ਵਿੱਚ ਜਿਹੜੇ ਰੁਜ਼ਗਾਰ ਮੇਲੇ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਹੋਏ ਨੇ ਉਹਨਾਂ ਦੇ ਵਿੱਚ ਆ ਕੇ ਸ਼ਿਰਕਤ ਕੀਤੀ, ਆਪਣੇ ਆਪ ਨੂੰ ਨੌਕਰੀ ਪੇਸ਼ਾ ਬਣਾਉਣ ਦੇ ਲਈ ਹਰ ਸੰਭਵ ਯਤਨ ਕੀਤਾ, ਪਰ ਇਹਦੇ ਬਾਵਜੂਦ ਵੀ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਨੌਜਵਾਨ ਜਿਹੜੇ ਨੇ ਉਹ ਨੌਕਰੀਆਂ ਪ੍ਰਾਪਤ ਕਰਨ ਦੇ ਵਿੱਚ ਅਸਫਲ ਰਹੇ। ਹੁਣ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇਸ ਸਮਾਗਮ ਦੇ ਵਿੱਚ ਚਰਨਜੀਤ ਚੰਨੀ ਵੀ ਬੈਠੇ ਸੀ, ਸੁਨੀਲ ਜਾਖੜ ਵੀ ਬੈਠੇ ਸੀ, ਮਨਪ੍ਰੀਤ ਬਾਦਲ ਵੀ ਬੈਠੇ ਸੀ। ਸੰਬੋਧਨ ਉਹਨਾਂ ਨੇ ਵੀ ਕੀਤਾ ਤੇ ਇਹਨਾਂ ਤਿੰਨਾਂ ਦੇ ਸੰਬੋਧਨ ਦੇ ਵਿੱਚ ਬਹੁਤਾ ਸਮਾਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਫਤਾਂ ਕੀਤੀਆਂ। ਮਨਪ੍ਰੀਤ ਬਾਦਲ ਨੇ ਤਾਂ ਜਿੱਥੇ ਤੱਕ ਕਹਿਤਾ ਕਹਿੰਦੇ ਮੈਨੂੰ ਪ੍ਰਮਾਤਮਾ ਦੀ ਸੌਂ ਲੱਗੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਵਾਅਦਾ ਤੁਹਾਡੇ ਨਾਲ ਕੋਈ ਵੀ ਕੀਤਾ ਅਸੀਂ ਨਿਭਾਵਾਂਗੇ ਜ਼ਰੂਰ, ਤੁਸੀਂ ਥੋੜਾ ਜਿਹਾ ਇਸ ਮੁੱਦੇ ਦੇ ਉੱਤੇ ਆਪਣੇ ਆਪ ਨੂੰ ਕਾਬੂ ਦੇ ਵਿੱਚ ਰੱਖੋ, ਕੰਟਰੋਲ ਦੇ ਵਿੱਚ ਰੱਖੋ, ਕਿਉਂਕਿ ਸਾਨੂੰ ਸੂਬਾ ਪਹਿਲਾਂ ਪੈਰਾਂ ਸਿਰ ਲਿਆਉਣਾ ਪੈਣਾ ਹੈ ਤੇ ਸੂਬੇ ਨੂੰ ਪੈਰਾਂ ਸਿਰ ਲਿਆਉਣ ਤੋਂ ਬਾਅਦ ਅਸੀਂ ਫਿਰ ਸਾਰਿਆਂ ਦੇ ਰੁਜ਼ਗਾਰ ਦਾ, ਕਰਜ਼ੇ ਦੀ ਮਾਫ਼ੀ ਦਾ, ਹਰ ਇੱਕ ਤਰ੍ਹਾਂ ਦੀ ਸਹੂਲਤ ਦਾ ਬੰਦੋਬਸਤ ਕਰਨਾ ਹੈ। ਜਦਕਿ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਅੱਜ ਦੇ ਦਿਨ ਹੀ ਨਿਸ਼ਾਨਾ ਲਾਇਆ ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਦਲ ਦੇ ਵੱਡੇ ਲੀਡਰ ਵਿਕਰਮ ਸਿੰਘ ਮਜੀਠੀਆ ਨੇ, ਉਹ ਕਹਿੰਦੇ ਸਿੱਧੇ ਤੌਰ ਦੇ ਉੱਤੇ ਦੋ ਵਰਗਾਂ ਦੇ ਨਾਲ ਕਪਤਾਨ ਨੇ ਝੂਠ ਬੋਲਿਆ। ਇੱਕ ਝੂਠ ਬੋਲਿਆ ਇਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਅਸੀਂ ਤੁਹਾਡਾ 90,000 ਕਰੋੜ ਰੁਪਏ ਦਾ ਸਾਰਾ ਕਰਜ਼ਾ ਮਾਫ਼ ਕਰ ਦਾਂਗੇ, ਹੁਣ 2,000 ਕਰੋੜ ਦੇ ਵਿੱਚ ਡੰਗ ਟਪਾਉਣ ਨੂੰ ਫਿਰਦੇ ਆ। ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡਾ ਦੂਸਰਾ ਝੂਠ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਬੋਲਿਆ ਕਿ ਅਸੀਂ ਹਰ ਇੱਕ ਪਰਿਵਾਰ ਦੇ ਘੱਟੋ ਘੱਟ ਇੱਕ ਇੱਕ ਜੀ ਨੂੰ ਨੌਕਰੀ ਜ਼ਰੂਰ ਦਿਆਂਗੇ, ਤੇ ਹੁਣ ਕਹਿੰਦੇ 27,000 ਨੌਕਰੀਆਂ ਦੇ ਕੇ ਆਪਣੇ ਪੱਲੇ ਝਾੜੀ ਜਾਂਦੇ ਆ ਕਿ ਭਾਈ ਸਾਡੇ ਤਾਂ ਪੱਲੇ ਹੀ ਕੱਖ ਨਹੀਂ। ਸੋ ਕੁੱਲ ਮਿਲਾ ਕੇ ਭਾਵੇਂ 27,000 ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਵਾਹਵਾ ਖੱਟਣ ਦਾ ਯਤਨ ਜਿਹੜਾ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਅੱਗੋਂ ਕਈ ਸਹਿਮਤੀ ਸਮਝੌਤਿਆਂ ਦੇ ਉੱਤੇ ਸਹੀ ਵੀ ਪਾ ਦਿੱਤੀ ਗਈ ਹੈ, ਪਰ ਇਹਦੇ ਬਾਵਜੂਦ ਵੀ ਵਿਰੋਧੀਆਂ ਦੇ ਕੋਲ ਬੇਰੁਜ਼ਗਾਰਾਂ ਦੇ ਰੂਪ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਆ ਗਿਆ, ਜਿਸ ਮੁੱਦੇ ਨੂੰ ਲੈ ਕੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਝੂਕਬੀਸ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਜੀ। ਜੀ ਜੀ, ਕੋਸ਼ਿਸ਼ ਕਾਮਯਾਬ ਹੋਵੇ ਜੀ, ਆਪਾਂ ਤਾਂ ਇਹੀ ਦੁਆ ਕਰਦੇ ਹਾਂ। ਤੇ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਦੇ ਵਿੱਚ ਹਲਚਲ ਹੋ ਗਈ ਹੈ ਜੀ, ਹਲਚਲ ਮੱਚ ਗਈ। ਸੁਖਨਾਬ ਜੀ, ਇੱਕ ਪਾਸੇ 10,000 ਰੁਪਏ ਦੇ ਉੱਤੇ ਤੇ ਸਾਡੇ ਨੌਜਵਾਨਾਂ ਨੂੰ ਨੌਕਰੀ ਮਿਲ ਰਹੀ ਹੈ, ਦੂਜੇ ਪਾਸੇ 100 ਕਰੋੜ ਰੁਪਇਆ 2-3 ਮਹੀਨਿਆਂ ਦੇ ਵਿੱਚ ਹੀ ਆਪਣੇ ਬੈਂਕ ਖਾਤਿਆਂ ਚ ਕਢਾ ਕੇ ਕਈ ਬੰਦੇ ਰੂਪੇਸ਼ ਹੋ ਗਏ, ਰਫੂ ਚੱਕਰ ਹੋ ਗਏ, 9-11 ਹੋ ਗਏ। ਉਹ ਕਈ ਵਾਰ ਆਪਾਂ ਰੇਡੀਓ ਚੰਦਰ ਦੇਸੀ ਦੇ ਸਰੋਤਿਆਂ ਦੇ ਨਾਲ ਪੰਜਾਬ ਦੇ ਸਿੰਚਾਈ ਵਿਭਾਗ ਦਾ ਹੀਜ ਪਿਆਜ ਖੋਲਿਆ। ਹੁਣ ਸਭ ਤੋਂ ਪਹਿਲਾਂ ਤਾਂ ਰੌਲਾ ਪਿਆ ਸੀ ਜੀ, ਇੱਥੇ ਤਕਰੀਬਨ 1,000 ਕਰੋੜ ਰੁਪਈਏ ਦੇ ਜਿਹੜੇ ਟੈਂਡਰ ਜਾਰੀ ਕੀਤੇ ਗਏ ਸੀ ਵਰਿੰਦਰ ਸਿੰਘ ਠੇਕੇਦਾਰ ਦੇ ਨਾਂ ਦੇ ਉੱਤੇ, ਉਹਦੀ ਕੰਪਨੀ ਦੇ ਨਾਂ ਦੇ ਉੱਤੇ, ਉਹ ਬਿਲਕੁਲ ਗਲਤ ਜਿਹੜੇ ਟੈਂਡਰ ਦਿੱਤੇ ਗਏ ਹੈ ਤੇ ਉਹਦੇ ਨਾਲ ਰਲ ਮਿਲ ਕੇ ਕੁਝ ਅਧਿਕਾਰੀਆਂ ਨੇ ਮੋਟੇ ਪੈਸੇ ਜਿਹੜੇ ਖਾਧੇ ਨੇ। ਫਿਰ ਗੁਰਿੰਦਰ ਸਿੰਘ ਤੇ 7-8 ਹੋਰ ਬੰਦਿਆਂ ਦੇ ਉੱਤੇ, ਜਿਹਨਾਂ ਦੇ ਵਿੱਚੋਂ ਕੁਝ ਇੱਕ ਇਸ ਸਿੰਚਾਈ ਵਿਭਾਗ ਦੇ ਅਧਿਕਾਰੀ ਰਹਿ ਚੁੱਕੇ ਸੀ ਤੇ ਕੁਝ ਮੌਜੂਦਾ ਸਮੇਂ ਦੇ ਵਿੱਚ ਕੰਮ ਕਰ ਰਹੇ, ਉਹਨਾਂ ਤੇ ਪਰਚਾ ਦਰਜ ਹੋ ਗਿਆ। ਪਰਚਾ ਦਰਜ ਹੋਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਵੱਡੀ ਗ੍ਰਿਫਤਾਰੀ ਨਹੀਂ ਹੋ ਸਕੀ, ਨਾ ਤਾਂ ਠੇਕੇਦਾਰ ਗੁਰਿੰਦਰ ਸਿੰਘ ਕਾਬੂ ਆਇਆ,
ਨਾ ਕੋਈ ਮਹਿਕਮੇ ਦਾ ਸੰਬੰਧਿਤ ਅਧਿਕਾਰੀ ਕਾਬੂ ਆਇਆ, ਪਰ ਹੁਣ ਇੱਕ ਹੋਰ ਤਰ੍ਹਾਂ ਦੀ ਅਫਵਾਹ ਫੈਲੀ ਹੈ। ਅਫਵਾਹ ਇਹ ਫੈਲੀ ਹੈ ਕਿ ਵਿਜੀਲੈਂਸ ਬਿਊਰੋ ਨੇ ਇਸ ਡਿਪਾਰਟਮੈਂਟ ਦੇ ਤਕਰੀਬਨ 15 ਹੋਰ ਲੋਕ ਜਿਹੜੇ ਅਧਿਕਾਰੀ ਤੇ ਕਰਮਚਾਰੀ ਨੇ ਉਹਨਾਂ ਨੂੰ ਰਡਾਰ ਦੇ ਉੱਤੇ ਲਿਆ, ਉਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ। ਵਿਜੀਲੈਂਸ ਬਿਊਰੋ ਨੂੰ ਅਸਲ ਦੇ ਵਿੱਚ ਕੁਝ ਏਦਾਂ ਦੇ ਸਬੂਤ ਮਿਲੇ ਨੇ ਜਿਹਨਾਂ ਸਬੂਤਾਂ ਦੇ ਆਧਾਰ ਦੇ ਉੱਤੇ ਬਹੁਤ ਸਾਰੇ ਜਿਹੜੇ ਸੇਵਾ ਕਰ ਰਹੇ ਕਰਮਚਾਰੀ ਤੇ ਅਧਿਕਾਰੀ ਨੇ ਆਪਣੇ ਡਿਪਾਰਟਮੈਂਟ ਦੇ ਵਿੱਚ ਉਹਨਾਂ ਦੀ ਸੰਘੀ ਕਾਨੂੰਨੀ ਰੂਪ ਦੇ ਵਿੱਚ ਨੱਪੀ ਜਾਏਗੀ। ਹੁਣ ਇਹ ਵੀ ਪਤਾ ਲੱਗਿਆ ਕਿ ਗੁਰਿੰਦਰ ਸਿੰਘ ਤਾਂ ਲੱਭਦਾ ਨੀ ਠੇਕੇਦਾਰ ਜਿਹਦੇ ਉੱਤੇ ਦੋਸ਼ ਹੈ ਕਿ ਉਹਨੇ 200 ਕਰੋੜ ਰੁਪਈਏ ਦੀ ਕਾਲੀ ਵੰਡ ਕੀਤੀ ਹੈ, ਕੁਝ ਆਪ ਖਾਣਿਆ ਤੇ ਕੁਝ ਸਰਕਾਰੀ ਅਧਿਕਾਰੀਆਂ ਨੂੰ ਖੁਆਤੇ। ਉਹ ਗੁਰਿੰਦਰ ਸਿੰਘ ਦੀਆਂ ਮਹਿੰਗੀਆਂ ਕਾਰਾਂ ਚੰਡੀਗੜ੍ਹ ਦੇ ਵਿੱਚ 2 ਕੋਠੀਆਂ ਸੀ, ਸਾਰੀਆਂ ਦੀ ਤਲਾਸ਼ੀ ਪੁਲਿਸ ਨੇ ਲਈ ਹੈ। ਉੱਥੋਂ ਕੁਝ ਮੈਮਰੀ ਸਟਿਕ ਲੱਭੀਆਂ ਨੇ, ਕੁਝ ਜਿਹੜੀਆਂ ਉਹ ਕੰਪਿਊਟਰ ਦੀਆਂ ਸੀਡੀਜ਼ ਲੱਭੀਆਂ ਨੇ ਤੇ ਕੰਪਿਊਟਰ ਲੱਭਿਆ, ਉਹਨਾਂ ਸਾਰੀਆਂ ਚੀਜ਼ਾਂ ਨੂੰ ਫੋਰੈਂਸਿਕ ਲੈਬ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਜੋ ਸਾਰਾ ਡਾਟਾ ਜਿਹੜਾ ਉਹਨਾਂ ਕੰਪਿਊਟਰ ਦੇ ਜਾਂ ਹਾਰਡ ਡਿਸਕ ਦੇ ਅੰਦਰ ਹੈ ਉਹਨੂੰ ਕਢਵਾ ਕੇ ਤਾਂ ਬਹੁਤ ਸਾਰੇ ਲੋਕਾਂ ਤੱਕ ਪਹੁੰਚਿਆ ਜਾ ਸਕੇ। ਇਹਦੇ ਨਾਲ ਨਾਲ ਕੁਝ ਇੱਕ ਅਧਿਕਾਰੀ ਜਿਹਨਾਂ ਦੇ ਉੱਤੇ ਹੁਣ ਦੋਸ਼ ਲੱਗਦਾ ਹੈ ਕਿ ਉਹਨਾਂ ਨੇ ਸੱਜੇ ਖੱਬੇ ਰਹਿ ਕੇ ਪੈਸੇ ਧੇਲੇ ਜਿਹੜੇ ਉਹ ਖਾਧੇ ਨੇ, ਉਹਨਾਂ ਅਧਿਕਾਰੀਆਂ ਦੇ ਵਿੱਚੋਂ ਕਈ ਅਧਿਕਾਰੀ ਜਿਹੜੇ ਸੁਖਨੈਬ ਜੀ ਨਾ ਤਾਂ ਹੁਣ ਦਫ਼ਤਰ ਆ ਰਹੇ ਆ ਤੇ ਨਾ ਆਪਣੇ ਘਰ ਜਾ ਰਹੇ ਆ। ਜਦੋਂ ਆਪਣੇ ਬੰਦਾ ਦਫ਼ਤਰ ਜਾਣੋ ਛੱਡ ਦਿੰਦਾ, ਘਰ ਵੀ ਨਹੀਂ ਜਾਂਦਾ, ਇਹਦਾ ਮਤਲਬ ਹੈ ਕਿ ਦਾਲ ਦੇ ਵਿੱਚ ਕੁਝ ਨਾ ਕੁਝ ਕਾਲਾ ਜ਼ਰੂਰ ਹੈ। ਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਵਿਜੀਲੈਂਸ ਬਿਊਰੋ ਨੇ ਤੇਜ਼ ਗਤੀ ਦੇ ਨਾਲ ਕਾਰਵਾਈ ਕੀਤੀ ਤਾਂ ਕੁਝ ਇੱਕ ਅਧਿਕਾਰੀ, ਕੁਝ ਇੱਕ ਕਰਮਚਾਰੀ, ਇੱਥੋਂ ਤੱਕ ਕਿ ਕੁਝ ਇੱਕ ਰਾਜਸੀ ਲੀਡਰ ਜਿਹੜੇ ਆ ਉਹ ਵੀ ਵਿਜੀਲੈਂਸ ਬਿਊਰੋ ਦੇ ਅੜਿੱਕੇ ਆ ਸਕਦੇ ਆ। ਪਰ ਅਜੇ ਤੱਕ ਇਸ ਮੁੱਦੇ ਦੇ ਉੱਤੇ ਕੋਈ ਬਹੁਤੀ ਜ਼ਿਆਦਾ ਸੰਜੀਦਗੀ ਦੇ ਨਾਲ ਵਿਜੀਲੈਂਸ ਨੇ ਕੰਮ ਨਹੀਂ ਕੀਤਾ, ਕਿਉਂਕਿ ਜੇ ਕੰਮ ਕੀਤਾ ਹੁੰਦਾ ਨਾ ਗੁਰਿੰਦਰ ਸਿੰਘ ਠੇਕੇਦਾਰ ਆਪਣੇ ਖਾਤਿਆਂ 'ਚ 100 ਕਰੋੜ ਕਢਵਾ ਸਕਦਾ ਸੀ ਤੇ ਨਾ ਹੀ ਇੰਨੇ ਦਿਨ ਉਹਨੂੰ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਣ ਨੂੰ ਲੱਗਣੇ ਸੀ। ਜੀ ਬਾਠ ਸਾਹਿਬ, ਬੈਬਨ ਕਲਾਂ ਗੋਲੀਕਾਂਡ ਦੇ ਸੰਬੰਧੀ ਇੱਕ ਵਫਦ ਪਹੁੰਚਿਆ ਜੀ ਤੇ ਕਮਿਸ਼ਨ ਵੀ ਕਮਿਸ਼ਨ ਨੂੰ ਸੌਂਪ ਆਇਆ ਜੀ, ਕੁਛ ਡਿਟੇਲਸ, ਕੁਛ ਡਾਕੂਮੈਂਟਸ ਲੱਗਦਾ ਕੁਛ ਨਿਕਲੂ ਇਹਦੇ ਚੋਂ? ਸੁਖਨੈਬ ਜੀ, ਘੱਟੋ ਘੱਟ ਉਮੀਦ ਤਾਂ ਕਰਨੀ ਚਾਹੀਦੀ ਹੈ, ਕਿਉਂਕਿ ਅਜੇ ਕਿਹੜਾ ਬਹੁਤੇ ਕਮਿਸ਼ਨ ਬਣਿਆ, ਤੀਜਾ ਹੀ ਤਾਂ ਕਮਿਸ਼ਨ ਹੈ। ਸਿੱਧੇ ਤੌਰ ਦੇ ਉੱਤੇ ਸਾਰਾ ਕੁਝ ਜਿਹੜਾ ਉਹ ਨਜ਼ਰ ਆਉਂਦਾ ਸੀ, ਕਿਉਂਕਿ ਜਦੋਂ ਆਪਾਂ 1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਕਰਦੇ ਹਾਂ ਤਾਂ ਪਤਾ ਨੀ ਕਿੰਨੀਆਂ ਕਮੇਟੀਆਂ, ਕਿੰਨੀਆਂ SIT, ਕਿੰਨੇ ਕਮਿਸ਼ਨ ਬਣੇ ਆ। ਪਰ ਹੋਇਆ ਕੀ, ਪੰਚਾਂ ਦਾ ਕਿਆ ਸਿਰ ਮੱਥੇ ਆ ਤੇ ਪਰਨਾਲਾ ਉੱਥੇ ਦਾ ਉੱਥੇ ਹੀ, ਕਿਸੇ ਨੂੰ ਸਜ਼ਾ ਨੀ ਮਿਲੀ। ਜਿਹੜੇ 2-4 ਬੰਦੇ ਚੱਕ ਕੇ ਜੇਲ੍ਹਾਂ ਦੇ ਵਿੱਚ ਭੇਜੇ ਸੀ, ਉਹਨਾਂ ਦੇ ਵਿੱਚੋਂ ਕਿਸੇ ਨੂੰ ਪੈਰੋਲ ਮਿਲਣ ਲੱਗ ਪਈ ਆ, ਕਿਸੇ ਨੂੰ ਕਿਸੇ ਹੋਰ ਆਧਾਰ ਦੇ ਉੱਤੇ ਜਿਹੜੀਆਂ ਉਹ ਛੁੱਟੀਆਂ ਮਿਲਣ ਲੱਗ ਪਈਆਂ, ਅਗਲੇ ਬਾਹਰ ਆ ਕੇ ਜਿਹੜਾ ਠੰਡੀ ਹਵਾ ਦੇ ਬੁੱਲਿਆਂ ਦਾ ਆਨੰਦ ਮਾਣੀ ਜਾਂਦੇ ਆ। ਹੁਣ ਬੈਬਲ ਕਲਾਂ ਦੇ ਵਿੱਚ ਇੱਕ ਧਰਨਾ ਦਿੱਤਾ ਗਿਆ ਸੀ ਤੇ ਧਰਨਾ ਇਸ ਕਰਕੇ ਦਿੱਤਾ ਗਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹਨਾਂ ਲੋਕਾਂ ਨੇ ਕੀਤੀ ਹੈ, ਇਸ ਧਰਨਾਕਾਰੀ ਉਹਨਾਂ ਕਥਿਤ ਤੌਰ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਮੰਗਦੇ ਸੀ, ਉਹਨਾਂ ਦੇ ਚਿਹਰੇ ਨੰਗੇ ਕਰਾਉਣਾ ਮੰਗਦੇ ਸੀ। ਪੁਲਿਸ ਦੇ ਕੋਲ ਅੱਜ ਦੀ ਤਰੀਕ ਤੱਕ ਵੀ ਉਹ ਕਥਿਤ ਦੋਸ਼ੀ ਨਹੀਂ ਗ੍ਰਿਫਤਾਰ ਕੀਤੇ ਹੋਏ। ਜਿਹਨਾਂ ਦੋਸ਼ੀਆਂ ਦੇ ਬਾਰੇ ਆਪਾਂ ਇਹ ਕਹਿ ਸਕੀਏ ਕਿ ਇਹਨਾਂ ਨੇ ਫਲਾਨੇ ਬੰਦੇ ਦੇ ਕਹਿਣ ਦੇ ਉੱਤੇ ਆਹ ਟੀਚਾ ਪ੍ਰਾਪਤ ਕਰਨ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਪਰ ਉਹਦੇ ਤੋਂ ਬਾਅਦ ਪੁਲਿਸ ਨੇ ਬੈਠੇ ਹੋਏ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਦੇ ਉੱਤੇ ਲਾਠੀ ਵੀ ਫੇਰੀ, ਗੋਲੀ ਵੀ ਚਲਾਈ ਤੇ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਰੂਪ ਦੇ ਵਿੱਚ 2 ਸਿੱਖਾਂ ਦੀ ਉਸ ਦੇ ਵਿੱਚ ਮੌਤ ਹੋ ਗਈ। ਬਾਅਦ ਵਿੱਚ ਜਸਟਿਸ ਚੋਰਾ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਕਮਿਸ਼ਨ ਜਿਹੜਾ ਬਾਦਲ ਸਾਹਿਬ ਨੇ ਬਣਾਇਆ, ਮਾਰਕੰਡੇ ਕਾਟਜੀ ਹੋਰਾਂ ਦੀ ਅਗਵਾਈ ਦੇ ਵਿੱਚ ਕਮਿਸ਼ਨ ਜਿਹੜਾ ਆਮ ਜਥੇਬੰਦੀਆਂ ਨੇ ਬਣਾਇਆ, ਕਾਟਜੂ ਸਾਹਿਬ ਦੀ ਰਿਪੋਰਟ ਸਾਹਮਣੇ ਆ ਕੇ ਜਨਤਕ ਹੋ ਗਈ ਸੀ, ਪਰ ਉਹ ਗੈਰ ਸਰਕਾਰੀ ਕਮਿਸ਼ਨ ਸੀ, ਉਹਦੇ ਉੱਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਜਸਟਿਸ ਚੋਰਾ ਸਿੰਘ ਹੋਰਾਂ ਦੀ ਰਿਪੋਰਟ ਦਾ ਅੱਜ ਤੱਕ ਜੋ ਬਾਦਲ ਸਾਹਿਬ ਦੀ ਸਰਕਾਰ ਦੇ ਵੱਲੋਂ ਹਸ਼ਰ ਕੀਤਾ ਗਿਆ, ਆਪਾਂ ਸਾਰਿਆਂ ਨੂੰ ਪਤਾ ਕਿ ਰਿਪੋਰਟ ਪੜਨੀ ਸੀ, ਉਹਦਾ ਕਾਰਵਾਈ ਤਾਂ ਕਰਨੀ ਬਹੁਤ ਦੂਰ ਦੀ ਗੱਲ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਮੁੱਖ ਮੰਤਰੀ ਦਿਓ ਬਣਾ, ਮੈਂ ਪਹਿਲ ਦੇ ਆਧਾਰ ਦੇ ਉੱਤੇ ਜਿੱਥੇ ਜਿੱਥੇ ਵੀ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਘਟੀਆਂ, ਮੈਂ ਉਹਨਾਂ ਘਟਨਾਵਾਂ ਦੇ ਅਸਲ ਦੋਸ਼ੀਆਂ ਨੂੰ ਫੜ ਕੇ ਤੁਹਾਡੇ ਕਟਹਿਰੇ ਦੇ ਵਿੱਚ ਖੜਾ ਕਰਨ। ਪਰ ਹੁਣ ਹੋਇਆ ਸੀ, ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਅਗਵਾਈ ਚ ਕਮਿਸ਼ਨ ਤਾਂ ਬਣਾ ਦਿੱਤਾ, ਪਰ ਇਹਦੇ ਤੋਂ ਇਲਾਵਾ ਬਹੁਤੇ ਕਦਮ ਅੱਗੇ ਨਹੀਂ ਵੱਧ ਸਕੇ। ਹੁਣ ਯੂਨਾਈਟਿਡ ਅਕਾਲੀ ਦਲ ਦੇ ਲੀਡਰ ਨੇ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ ਸਤਨਾਮ ਸਿੰਘ ਮਲਾਣਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਇਹਨਾਂ ਸਾਰੇ ਲੀਡਰਾਂ ਨੇ ਇੱਕ ਵੀਡੀਓ ਸਮੇਤ ਕੁਝ ਇੱਕ ਹੋਰ ਸਬੂਤ ਇਕੱਠੇ ਕੀਤੇ, ਉਹਨਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਜਸਟਿਸ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਕਮਿਸ਼ਨ ਹੈ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਬੇਨਤੀ ਕੀਤੀ ਕਿ ਭਾਈ ਆਹ ਵੇਖੋ ਸਬੂਤ ਹੈ, ਆਹ ਵੇਖੋ ਵੀਡੀਓ ਫੁਟੇਜ ਹੈ ਜਿਹਦੇ ਵਿੱਚ ਸਾਫ਼ ਨਜ਼ਰ ਆਉਂਦਾ ਕਿ ਸੰਗਤ ਬੈਠੀ ਹੋਈ ਹੈ ਤੇ ਇੱਕ ਬਹੁਤ ਵੱਡਾ ਪੰਜਾਬ ਪੁਲਿਸ ਦਾ ਅਧਿਕਾਰੀ ਆਪਣੇ ਪੁਲਿਸ ਕਰਮਚਾਰੀਆਂ ਦੇ ਵਿਚਾਲੇ ਘਿਰਿਆ ਟੈਲੀਫੋਨ ਦੇ ਉੱਤੇ ਲਗਾਤਾਰ ਗੱਲ ਕਰ ਰਿਹਾ ਤੇ ਅਚਾਨਕ ਉਹਦੀ ਇੱਕ ਸੈਨਿਕ ਦੇ ਨਾਲ ਲਾਠੀਚਾਰਜ ਹੁੰਦਾ, ਗੋਲੀਆਂ ਵੀ ਚੱਲਦੀਆਂ, 2 ਬੰਦੇ ਮਾਰੇ ਜਾਂਦੇ ਆ। ਇਹ ਵੀ ਗੱਲ ਜਿਹੜੀ ਯੂਨਾਈਟਿਡ ਅਕਾਲੀ ਦਲ ਦੇ ਲੀਡਰਾਂ ਨੇ ਆਖੀ
ਇਹਦੇ ਤੋਂ ਬਾਅਦ ਜਦੋਂ ਆਪਾਂ ਨੂੰ ਵੀਡੀਓ ਦੇ ਵਿੱਚ ਪੁਲਿਸ ਵਾਲੇ ਗੋਲੀਆਂ ਦੇ ਖੋਲ ਚੁੱਕਦੇ ਨਜ਼ਰ ਆਉਂਦੇ ਆ ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਪੁਲਿਸ ਤੇ ਸਾਰਾ ਕੰਮ ਕਰਕੇ ਬਾਅਦ ਵਿੱਚ ਕੋਈ ਸਬੂਤ ਵੀ ਨਹੀਂ ਸੀ ਛੱਡਣਾ ਚਾਹੁੰਦੀ। ਹੁਣ ਯੂਨਾਈਟਡ ਅਕਾਲੀ ਦਲ ਨੇ ਕੁਝ ਇੱਕ ਹੋਰ ਲੋਕਾਂ ਦੇ ਵਕਤ ਦੇ ਨਾਲ ਮਿਲ ਕੇ ਇਸ ਸਾਰੇ ਮਸਲੇ ਦੇ ਉੱਤੇ ਕਮਿਸ਼ਨ ਨੂੰ ਜਿਹੜੇ ਸਬੂਤ ਆ ਸੌਂਪ ਦਿੱਤੇ ਆ, ਪਰ ਸਾਨੂੰ ਇੰਤਜ਼ਾਰ ਕਰਨਾ ਪਏਗਾ ਕਿ ਕਦੋਂ ਜਸਟਿਸ ਰਣਜੀਤ ਸਿੰਘ ਹੋਰੀ ਆਪਣੇ ਇਸ ਸਾਰੇ ਮਾਮਲੇ ਦੀ ਜਾਂਚ ਮੁਕੰਮਲ ਕਰਦੇ ਆ, ਉਹਦੇ ਤੋਂ ਬਾਅਦ ਜਾ ਕੇ ਇਸ ਸਾਰੇ ਮਸਲੇ ਦੀ ਰਿਪੋਰਟ ਜਿਹੜੀ ਆ ਸਰਕਾਰ ਨੂੰ ਦਿੰਦੇ ਆ ਤੇ ਸਰਕਾਰ ਕਦੋਂ ਇਸ ਮੁੱਦੇ ਦੇ ਉੱਤੇ ਕਥਿਤ ਤੌਰ ਤੇ ਕਾਰਵਾਈ ਕਰੇਗੀ। ਉਸ ਗੱਲ ਦੇ ਲਈ ਸੁਖਨੈਬ ਜੀ ਆਪਣੇ ਕੋਲ ਆਪਣੇ ਸਰੋਤਿਆਂ ਦੇ ਕੋਲ ਹਾਲ ਦੀ ਘੜੀ ਇੰਤਜ਼ਾਰ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਜ਼ਰ ਨਹੀਂ ਆ ਰਿਹਾ ਜੀ। ਕਾਂਗਰਸ ਪਾਰਟੀ ਵੰਡੀ ਜਾਊਗੀ ਨਹੀਂ, ਜਲਦ ਵੰਡੇਗੀ ਅਹੁਦੇਦਾਰੀਆਂ, ਨਹੀਂ ਤਾਂ ਵੈਸੇ ਵੀ ਵੰਡੇ ਜਾਂਦੇ ਸਰ ਤਾਂ ਬਣੀ ਜਾਂਦੇ ਜੇ। ਸੁਖਨੈਬ ਜੀ ਇਸ ਵੇਲੇ ਕਾਂਗਰਸ ਪਾਰਟੀ ਦੇ ਵਿੱਚ ਬੜੀ ਉਮੀਦ ਵਾਲੀ ਸਥਿਤੀ ਹੈ, ਹਰ ਇੱਕ ਨੂੰ ਲੱਗਦਾ ਕਿ ਸਰਕਾਰ ਸਾਡੀ ਹੈ, ਸਾਨੂੰ ਕੁਝ ਨਾ ਕੁਝ ਮਿਲੇਗਾ ਜ਼ਰੂਰ ਜੀ। ਅਕਤੂਬਰ ਤੱਕ ਚੋਣ ਕਮਿਸ਼ਨ ਜਿਹੜੇ ਭਾਰਤ ਦੇ ਨੇ ਉਹਨਾਂ ਨੇ ਹੁਕਮ ਦਿੱਤਾ ਹੋਇਆ ਕਿ ਕਾਂਗਰਸ ਪਾਰਟੀ ਨੈਸ਼ਨਲ ਲੈਵਲ ਤੋਂ ਲੈ ਕੇ ਪਿੰਡ ਪੱਧਰ ਤੱਕ ਆਪਣੀਆਂ ਸਾਰੀਆਂ ਅਹੁਦੇਦਾਰੀਆਂ ਜਿਹੜੀਆਂ ਉਹ ਦੁਬਾਰਾ ਚੁਣੇ, ਭਾਵੇਂ ਉਹਨਾਂ ਨੂੰ ਚੁਣ ਲਿਆ। ਇਸ ਗੱਲ ਦੇ ਨਾਲ ਜਿਹੜਾ ਚੋਣ ਕਮਿਸ਼ਨ ਨੂੰ ਕੋਈ ਮਤਲਬ ਨਹੀਂ। ਅਕਤੂਬਰ ਮਹੀਨੇ ਦੇ ਆਖਰੀ ਹਫ਼ਤੇ ਦੇ ਵਿੱਚ ਕਾਂਗਰਸ ਪਾਰਟੀ ਦੀ ਕੋਸ਼ਿਸ਼ ਹੈ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਦਾ ਪੂਰਾ ਪੂਰਾ ਕੌਮੀ ਪ੍ਰਧਾਨ ਬਣਾ ਦਿੱਤਾ ਜਾਵੇ, ਪਰ ਉਹਦੇ ਤੋਂ ਪਹਿਲਾਂ ਵੱਖ ਵੱਖ ਸੂਬਿਆਂ ਦੇ ਵਿੱਚ ਕਾਂਗਰਸ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਚੋਣ ਹੋਣੀ ਬਹੁਤ ਜ਼ਰੂਰੀ ਹੈ। ਆਪਾਂ ਪੰਜਾਬ ਵੱਲ ਨੂੰ ਆਈਏ ਤਾਂ ਪੰਜਾਬ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਸਰਗਰਮ ਹੋ ਗਏ ਕਿ ਭਾਈ ਚੋਣ ਕਿਸ ਤਰੀਕੇ ਕਰਵਾਈ ਜਾਵੇ, ਚੋਣ ਦੇ ਵਿੱਚ ਕਿਹੜੇ ਕਿਹੜੇ ਬੰਦੇ ਨੂੰ, ਕਿਹੜੇ ਕਿਹੜੇ ਗਰੁੱਪ ਨੂੰ ਜਾਂ ਕਿਸ ਤਰ੍ਹਾਂ ਦੀ ਵਿਚਾਰਧਾਰਾ ਦੇ ਬੰਦਿਆਂ ਨੂੰ ਜਿਹੜਾ ਉਹ ਸ਼ਾਮਿਲ ਕੀਤਾ ਜਾਵੇ। ਸਭ ਤੋਂ ਪਹਿਲਾਂ ਬਣਾਉਣੇ ਆ ਇਹਨਾਂ ਨੇ ਸੁਖਨੈਬ ਜੀ ਬਲਾਕਾਂ ਦੇ ਪ੍ਰਧਾਨ। ਹੁਣ MLA ਚਾਹੁੰਦੇ ਆ ਕਿ ਜੇ ਚੰਗੇ ਤਰੀਕੇ ਕੰਮ ਕਰਨਾ ਤਾਂ ਬਲਾਕ ਪ੍ਰਧਾਨ ਸਾਡੀ ਮਰਜ਼ੀ ਦਾ ਹੋਣਾ ਚਾਹੀਦਾ। ਦੂਜੇ ਪਾਸੇ ਪ੍ਰਸ਼ਾਂਤ ਕਿਸ਼ੋਰ ਜੀ ਨੇ ਕਾਂਗਰਸ ਪਾਰਟੀ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਨੀਤੀ ਘੜੀ ਸੀ। ਉਹ ਪ੍ਰਸ਼ਾਂਤ ਕਿਸ਼ੋਰ ਜਿਹੜੇ ਨੇ ਇੱਕ ਹੋਰ ਫਾਰਮੂਲਾ ਦੇ ਕੇ ਗਏ ਸੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ। ਉਹਨਾਂ ਨੇ ਕਿਹਾ ਸੀ ਜੀ ਦੇਖੋ 20-20 ਬੰਦੇ ਅਪਲਾਈ ਕਰੀ ਫਿਰਦੇ ਆ ਇੱਕ ਇੱਕ ਸੀਟ ਤੋਂ ਟਿਕਟ ਲੈਣ ਲਈ ਤੁਹਾਡੀ, ਤੇ ਤੁਸੀਂ ਇਹਨਾਂ ਨੂੰ ਆਖੋ ਕਿ ਜਿਹੜਾ ਬੰਦਾ ਹੁਣ ਆਪਣੀ ਟਿਕਟ ਦੇ ਲਈ ਭੇਜੇਗੀ ਐਪਲੀਕੇਸ਼ਨ ਵਾਪਸ ਲਏਗਾ, ਉਸ ਵਿਅਕਤੀ ਨੂੰ ਅਸੀਂ ਕੱਲ ਨੂੰ ਕਿਸੇ ਹੋਰ ਥਾਂ ਦੇ ਉੱਤੇ ਐਡਜਸਟ ਜ਼ਰੂਰ ਕਰਾਂਗੇ, ਉਹਦੇ ਨਾਲ ਇਨਸਾਫ ਹੋਏਗਾ। ਚਲੋ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਤੋਂ ਸੁਣੀ ਤੇ ਅੱਗੇ ਕਹਿਤੀ। ਹੁਣ ਵਿਧਾਇਕ ਕਹਿੰਦੇ ਆ ਬਲਾਕ ਪ੍ਰਧਾਨ ਸਾਡੀ ਮਰਜ਼ੀ ਦੇ, ਪਰ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਦੇ ਉੱਤੇ ਆਪਣੀਆਂ ਦਾਅਵੇਦਾਰੀਆਂ ਵਾਪਸ ਲਈਆਂ ਸੀ ਉਹ ਕਹਿੰਦੇ ਆ ਕਿ ਨਹੀਂ ਭਾਈ ਹੁਣ ਬਾਕੀ ਸਾਰਾ ਕੁਝ ਹੋ ਗਿਆ, ਇਹ ਜਿਹੜਾ ਸਾਡੇ ਬਲਾਕ ਪ੍ਰਧਾਨ ਲੱਗਣਗੇ ਅਸੀਂ ਲੱਗਾਂਗੇ ਜਾਂ ਸਾਡੇ ਜਿਹੜੇ ਖਾਸ ਬੰਦੇ ਲੱਗਣਗੇ। ਉਹਦੇ ਤੋਂ ਬਾਅਦ ਗੱਲ ਆ ਜਾਣੀ ਹੈ ਜ਼ਿਲ੍ਹਾ ਪ੍ਰਧਾਨਾਂ ਤੇ। ਬਹੁਤ ਸਾਰੇ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਜਿਹੜੇ ਲੀਡਰ ਨੇ, ਉਮੀਦਵਾਰ ਨੇ, ਸੁਖਨੈਬ ਜੀ ਉਹ ਬਾਰ ਬਾਰ ਇਸ ਗੱਲ ਦੇ ਲਈ ਦੁਹਾਈਆਂ ਪਾ ਰਹੇ ਨੇ ਕਿ ਭਾਈ ਸਾਡਾ ਵਿਧਾਨ ਸਭਾ ਚੋਣਾਂ ਦੇ ਵਿੱਚ ਤਾਂ ਨੰਬਰ ਨਹੀਂ ਲੱਗਾ ਪਰ ਘੱਟੋ ਘੱਟ ਜ਼ਿਲ੍ਹਾ ਪ੍ਰਧਾਨ ਜ਼ਰੂਰ ਬਣਾ ਦਿਓ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਕਿਹਾ ਸੀ ਕਿ ਜਿਹੜੇ ਬੰਦੇ ਨੂੰ ਇੱਕ ਵਾਰੀ ਟਿਕਟ ਮਿਲ ਗਈ ਭਾਵੇਂ ਜਿੱਤੇ ਭਾਵੇਂ ਹਾਰੇ ਪਰ 5 ਸਾਲ ਦੁਬਾਰਾ ਉਹਨੂੰ ਕੋਈ ਅਹੁਦਾ ਨਹੀਂ ਮਿਲਣਾ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਲਈ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਉਸ ਸਮੇਂ ਕੀਤੇ ਗਏ ਬੋਲ ਪੁਗਾਉਣ, ਕਿਉਂਕਿ ਜੇ ਉਹਦਾ ਵੱਡਾ ਵਾਅਦਾ ਕਰਨ ਦੇ ਬਾਵਜੂਦ ਵੀ ਨਾ ਹਾਰੇ ਹੋਏ ਲੀਡਰਾਂ ਨੂੰ ਕਿਤੇ ਨਾ ਕਿਤੇ ਅਡਜਸਟ ਕਰ ਦਿੱਤਾ ਤਾਂ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚ ਰੋਸ ਫੈਲ ਜਾਏਗਾ। ਹੁਣ ਇੱਥੇ 5-6 ਕਾਂਗਰਸ ਪਾਰਟੀ ਦੇ ਧੜੇ ਨੇ, ਬੀਬੀ ਰਜਿੰਦਰ ਕੌਰ ਭੱਠਲ ਦਾ ਅੱਧ ਧੜਾ, ਰਣਨੀਤ ਬਿੱਡੂ ਅੱਧ ਕੋਸ਼ਿਸ਼ ਕਰਦੇ ਆ, ਪ੍ਰਤਾਪ ਸਿੰਘ ਬਾਜਵਾ ਅੱਧ ਨੇ, ਸ਼ਮਸ਼ੇਰ ਸਿੰਘ ਦੁੱਲੋ ਦਾ ਮਸਲਾ ਅੱਧ ਹੈ, ਉਹਦੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਆਪਣੀ ਗੱਲਬਾਤ ਵੱਖਰੇ ਤਰੀਕੇ ਦੀ ਹੈ। ਸੋ ਇਹ ਜਿਹੜੇ ਧੜੇ ਨੇ ਉਹਨਾਂ ਦੇ ਵਿੱਚ ਤਾਲਮੇਲ ਕਿਵੇਂ ਬਣਾ ਕੇ ਰੱਖਣਾ ਤਾਂ ਜੋ ਕਾਂਗਰਸ ਪਾਰਟੀ ਦੇ ਅਹੁਦੇਦਾਰੀਆਂ ਦੇ ਵਿੱਚ ਜਿਹੜੀਆਂ ਤਬਦੀਲੀਆਂ ਹੋਣੀਆਂ ਉਹਨਾਂ ਅਹੁਦੇਦਾਰੀਆਂ ਤੋਂ ਬਾਅਦ ਕਿਸੇ ਤਰ੍ਹਾਂ ਦੀ ਬਗਾਵਤ ਜਿਹੜੀ ਉਹ ਸਾਹਮਣੇ ਨਾ ਆਵੇ। ਪਰ ਇਹ ਗੱਲ ਪੱਕੀ ਹੈ ਕਿ ਜੇ ਤਾਂ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਦੇ ਦਰਮਿਆਨ ਸਿਆਸੀ ਤੌਰ ਤੇ ਟਿਊਨਿੰਗ ਬਣੀ ਰਹਿੰਦੀ ਹੈ ਫਿਰ ਤਾਂ ਸਾਰਾ ਕੁਝ ਠੀਕ ਹੋ ਜਾਣਾ। ਉਸ ਟਿਊਨਿੰਗ ਦੇ ਸਿਰ ਦੇ ਉੱਤੇ ਇਹਨਾਂ ਨੇ ਜਿੰਨੀ ਕਾਂਗਰਸ ਪਾਰਟੀ ਦੇ ਵਿੱਚ ਫੁੱਟ ਪੈਣ ਦੇ ਆਸਾਰ ਹੋਣਗੇ ਉਹਨਾਂ ਨੂੰ ਵੀ ਲੱਭ ਲੈਣਾ। ਹੁਣ ਸੁਨੀਲ ਜਾਖੜ ਨੂੰ ਪਹਿਲਾਂ ਕਾਂਗਰਸ ਪਾਰਟੀ ਦਾ ਜਿਹੜਾ ਉਸ ਸੂਬੇ ਦਾ ਪ੍ਰਧਾਨ ਕਪਤਾਨ ਸਾਹਿਬ ਨੇ ਬਣਵਾਇਆ, ਹੁਣ ਗੁਰਦਾਸਪੁਰ ਤੋਂ ਚੋਣ ਲੜਾਉਣ ਦੇ ਲਈ ਉਹਨਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰ ਰਹੇ ਹੈ ਤੇ ਕੱਲ ਨੂੰ ਜਦੋਂ ਕਦੀ ਇਸ ਤਰ੍ਹਾਂ ਦਾ ਕੋਈ ਮੌਕਾ ਆਏਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਲਈ ਸੂਬਾ ਕਾਂਗਰਸ ਦੇ ਪ੍ਰਧਾਨ ਤੋਂ ਪੁੱਛ ਕੇ ਅਹੁਦੇਦਾਰੀਆਂ ਲਾਉਣੀਆਂ ਬਹੁਤ ਜ਼ਰੂਰੀ ਹੋਣਗੀਆਂ ਤੇ ਉਮੀਦ ਕਰਨੀ ਚਾਹੀਦੀ ਹੈ ਕਿ ਉਦੋਂ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਇੱਕ ਪਾਸੇ ਹੋਏਗੀ, ਬਾਕੀ ਸਾਰੀ ਕਾਂਗਰਸ ਪਾਰਟੀ ਭਾਵੇਂ ਦੂਸਰੇ ਪਾਸੇ ਹੋਏ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਬੜੀ ਚੀਜ਼ ਸਪਸ਼ਟ ਹੈ ਕਿ ਜਿਸ ਦਿਨ ਕਾਂਗਰਸ ਪਾਰਟੀ ਨੇ ਬਲਾਕ ਤੇ ਜ਼ਿਲ੍ਹਾ ਪੱਧਰ ਦੀਆਂ ਅਹੁਦੇਦਾਰੀਆਂ ਵੰਡ ਦਿੱਤੀਆਂ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਤੇ ਹੇਠਲੀ ਪੱਧਰ ਦੇ ਲੀਡਰ ਜਿਹੜੇ ਨੇ ਉਹ ਨਿਰਾਸ਼ ਹੋ ਕੇ ਘਰੋ ਘਰੀ ਵੀ ਬੈਠ ਸਕਦੇ ਆ। ਸੋ ਵੇਖਦੇ ਆ ਕਿ ਨਵੀਂ ਟੀਮ ਦੇ ਵਿੱਚ ਕਿਹੜੇ ਕਿਹੜੇ ਬੰਦੇ ਨੂੰ ਕਿੰਨਾ ਜਿਹੜਾ ਉਤਸ਼ਾਹ ਮਿਲਦਾ ਤੇ ਕਿੰਨਾ ਕੁ ਮਿਲਦਾ ਭਾ ਜੀ। ਔਰ ਕਰੀਏ ਜੀ ਅਗਲੀ ਗੱਲ,
ਅਧਿਆਪਕ ਦਿਵਸ ਅੱਜ ਕਿਵੇਂ ਹੈ ਇਸ ਦੇ ਬਾਰੇ ਕੋਈ ਜਾਣਕਾਰੀਆਂ ਜਿਹੜੇ ਵਿਅਕਤੀ ਜਿਹੜੇ ਮਹਾਨ ਵਿਅਕਤੀ ਨੂੰ ਸਮਰਪਿਤ ਹੈ ਇਹ ਉਸ ਨੂੰ ਚਿੱਤ ਚੇਤੇ ਕੀਤਾ ਜੀ ਕਿਸੇ ਨੇ ਸੁਖਨਾਬ ਜੀ ਦੇਖੋ ਚੇਤੇ ਤਾਂ ਕੀਤਾ ਪਰ ਬਹੁਤੀਆਂ ਕਾਰਵਾਈਆਂ ਰਸਮੀ ਹੋਈਆਂ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਇਹ ਕਹਿਣ ਦੇ ਵਿਚ ਕਿਸੇ ਨੂੰ ਕੋਈ ਝਿਜਕ ਵੀ ਨਹੀਂ ਹੋਣੀ ਚਾਹੀਦੀ ਕਿ ਭਾਈ ਕਾਰਵਾਈਆਂ ਰਸਮੀ ਹੋਈਆਂ ਪਰ ਦੂਸਰੇ ਪਾਸੇ ਹਾਲਾਤ ਇਹ ਵੀ ਨੇ ਕਿ ਰਸਮੀ ਕਾਰਵਾਈਆਂ ਤੋਂ ਬਾਅਦ ਕੁਝ ਇੱਕ ਥਾਵਾਂ ਦੇ ਉੱਤੇ ਚੰਗੇ ਸਮਾਗਮ ਵੀ ਹੋਏ ਚੰਗੀਆਂ ਗੱਲਾਂ ਵੀ ਜਿਹੜੀਆਂ ਉਹ ਕੀਤੀਆਂ ਗਈਆਂ ਤੇ ਉਹ ਜਿਹੜੇ ਚੰਗੇ ਸਮਾਗਮ ਸੀ ਚੰਗੀਆਂ ਗੱਲਾਂ ਸੀ ਉਹਨਾਂ ਦੇ ਨਾਲ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿਚ ਕੁਝ ਲਾਭ ਵੀ ਹੋਣ ਹੁਣ ਹਾਲਾਤ ਇਸ ਵੇਲੇ ਇਹ ਪੈਦਾ ਹੋਏ ਨੇ ਕਿ ਇੱਕ ਪਾਸੇ ਕੰਪਿਊਟਰ ਦਾ ਯੁੱਗ ਹੈ ਇੰਟਰਨੈਟ ਦਾ ਯੁੱਗ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਇਹਦੇ ਵਿੱਚ ਬਹੁਤ ਵਾਰੀ ਇਹ ਚਰਚਾ ਹੁੰਦੀ ਹੈ ਜੀ ਅਧਿਆਪਕ ਦਾ ਥਾਂ ਲੈਣ ਜਾ ਰਿਹਾ ਇਹ ਸਾਰਾ ਕੁਝ ਜਿਹੜਾ ਤੰਤਰ ਮੰਤਰ ਜਿਹਾ ਦੂਸਰੇ ਪਾਸੇ ਚਰਚਾ ਇਹ ਵੀ ਚੱਲਦੀ ਹੈ ਕਿ ਕਦੇ ਪੰਜਾਬ ਦਾ ਗੱਭਰੂ ਪੰਜਾਬ ਦੀਆਂ ਮੁਟਿਆਰਾਂ ਨਸ਼ੇ ਵੱਲ ਤੁਰਦੀਆਂ ਕਦੇ ਇਸ ਗੱਲ ਦੇ ਵੱਲ ਤੁਰਦੀਆਂ ਕਿ ਭਾਈ ਸਾਡੇ ਇੱਥੇ ਬੇਰੁਜ਼ਗਾਰੀ ਬਹੁਤ ਹੈ ਤੇ ਉਪਰਾਮਤਾ ਬਹੁਤ ਜ਼ਿਆਦਾ ਹੁੰਦੀ ਹੈ ਕਦੇ ਕਦੇ ਪਤਾ ਲੱਗਦਾ ਹੁੰਦਾ ਜਦੋਂ ਡੇਰਾ ਸਿਰਸਾ ਵਰਗੀਆਂ ਘਟਨਾਵਾਂ ਘਟਦੀਆਂ ਕਿ ਅਜੇ ਤੱਕ ਵੀ ਅਸੀਂ ਲਾਈ ਲੱਗਾ ਅਸੀਂ ਜ਼ਿੰਦਗੀ ਦੇ ਅਸਲ ਅਰਥਾਂ ਨੂੰ ਅਜੇ ਸਮਝ ਹੀ ਨਹੀਂ ਸਕੇ ਸਾਨੂੰ ਬਹੁਤ ਕੁਝ ਅਜੇ ਸਮਝਣਾ ਤੇ ਸਮਝਾਉਣਾ ਪਏਗਾ ਜਿਹਦੇ ਨਾਲ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਿੱਧਰ ਨੂੰ ਤੁਰਨਾ ਤੇ ਕਿੰਨੀ ਕੁ ਰਫ਼ਤਾਰ ਦੇ ਨਾਲ ਤੁਰਨਾ ਤੇ ਸਾਰਾ ਕੁਝ ਪਤਾ ਲੱਗ ਸਕੇ ਹੁਣ ਸੁਖਨਾਬ ਜੀ ਬਹੁਤ ਸਾਰੇ ਅਧਿਆਪਕ ਫੜੇ ਜਾਂਦੇ ਨੇ ਕੋਈ ਵਿਦਿਆਰਥੀਆਂ ਦੇ ਨਾਲ ਕੁੱਟਮਾਰ ਕਰਦਾ ਫੜਿਆ ਜਾਂਦਾ ਤੇ ਕੁਝ ਐਸੇ ਕੰਮ ਕਰਦੇ ਫੜੇ ਜਾਂਦੇ ਆ ਜਿਸ ਕੰਮ ਦੀ ਅਧਿਆਪਕ ਤੋਂ ਪੂਰਾ ਵੀ ਉਮੀਦ ਨਹੀਂ ਹੁੰਦੀ ਬਹੁਤ ਸਾਰੇ ਅਧਿਆਪਕਾਂ ਦੇ ਉੱਤੇ ਦੋਸ਼ ਇਹ ਵੀ ਲੱਗਦਾ ਕਿ ਉਹਨਾਂ ਦੇ ਜਿਹੜੇ ਸਬਜੈਕਟ ਦੇ ਵਿੱਚੋਂ ਬਹੁਤੇ ਵਿਦਿਆਰਥੀ ਜਿਹੜੇ ਉਹ ਫੇਲ ਹੀ ਹੋਈ ਜਾਂਦੇ ਆ ਕਦੇ ਪਾਸ ਹੀ ਨਹੀਂ ਹੁੰਦੇ ਬਹੁਤੇ ਅਧਿਆਪਕਾਂ ਦੇ ਦੋਸ਼ ਇਹ ਵੀ ਲੱਗਦਾ ਕਿ ਉਹਨਾਂ ਨੇ ਕਦੇ ਲੋੜ ਵਾਲੇ ਜਿਹੜੇ ਖੇਤਰ ਨੇ ਉੱਥੇ ਆਪਣੀਆਂ ਬਦਲੀਆਂ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਦਲੀਆਂ ਉੱਥੇ ਕਰਾਈਆਂ ਜਾਂਦੀਆਂ ਜਿੱਥੇ ਜਲੰਧਰ ਪਟਿਆਲਾ ਬਠਿੰਡਾ ਤੇ ਚੰਡੀਗੜ੍ਹ ਮੋਹਾਲੀ ਵਰਗੇ ਸ਼ਹਿਰ ਹੋਣ ਤੇ ਭਾਈ ਵਧੀਆ ਥਾਂ ਦੇ ਉੱਤੇ ਰਹਾਂਗੇ ਬਾਕੀ ਲੋਕਾਂ ਦਾ ਅਸੀਂ ਕਿਹੜਾ ਠੇਕਾ ਲਿਆ ਪਰ ਇਸ ਅਧਿਆਪਕ ਦਿਵਸ ਦੇ ਉੱਤੇ ਰਾਧਾ ਕ੍ਰਿਸ਼ਨਨ ਜਿਹੜੇ ਕਿ ਰਾਸ਼ਟਰਪਤੀ ਰਹੇ ਨੇ ਭਾਰਤ ਦੇ ਉਹਨਾਂ ਦੇ ਨਾਂ ਦੇ ਉੱਤੇ ਦਿਨ ਮਨਾਇਆ ਜਾਂਦਾ ਅੱਜ ਪੰਜਾਬ ਦੇ ਕੁਝ ਅਧਿਆਪਕਾਂ ਨੂੰ ਰਾਸ਼ਟਰੀ ਅਵਾਰਡ ਮਿਲੇ ਨੇ ਕਿ ਭਾਈ ਤੁਸੀਂ ਬੜਾ ਚੰਗਾ ਕੰਮ ਕੀਤਾ 40 ਅਧਿਆਪਕਾਂ ਨੂੰ ਸੂਬਾ ਪੱਧਰ ਦੇ ਅਵਾਰਡ ਜਿਹੜੇ ਆ ਬੀਬੀ ਅਰੁਣਾ ਚੌਧਰੀ ਜਿਹੜੀ ਸਿੱਖਿਆ ਮੰਤਰੀ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਨੇ ਦਿੱਤੇ ਆ ਕਿ ਤੁਸੀਂ ਵੀ ਚੰਗਾ ਕੰਮ ਕੀਤਾ ਪਰ ਸੁਖਨਾਬ ਜੀ ਇੱਕ ਬਹੁਤ ਵੱਡਾ ਸਵਾਲ ਇੱਥੇ ਖੜਾ ਹੁੰਦਾ ਕਿ ਅਵਾਰਡ ਦਿੱਤੇ ਕਿਵੇਂ ਜਾਂਦੇ ਨੇ ਪੰਜਾਬ ਸਰਕਾਰ ਅਜੇ ਤੱਕ ਅਵਾਰਡ ਦੇਣ ਦੀ ਪ੍ਰਕਿਰਿਆ ਦੇ ਵਿੱਚ ਤਬਦੀਲੀ ਨਹੀਂ ਕਰ ਸਕੀ ਜਿਹੜੀ ਕਿ ਇੱਕ ਬਹੁਤ ਵੱਡੀ ਘਾਟ ਹੈ ਹੁਣ ਸੁਖਨਾਬ ਜੀ ਅਵਾਰਡ ਕਿਹਨੂੰ ਦਿੱਤਾ ਜਾਂਦਾ ਜਿਹੜਾ ਅਧਿਆਪਕ ਚੰਗਾ ਪੜ੍ਹਾਉਂਦਾ ਜਿਹੜਾ ਅਧਿਆਪਕ ਸਮਾਜਿਕ ਕਾਰਜਾਂ ਦੇ ਵਿੱਚ ਵੀ ਚੰਗੇ ਤਰੀਕੇ ਨਾਲ ਲੱਗਿਆ ਰਹਿੰਦਾ ਜਿਹੜਾ ਅਧਿਆਪਕ ਬਾਕੀ ਬਾਕੀ ਅਧਿਆਪਕਾਂ ਤੋਂ ਕੁਝ ਚੰਗਾ ਕੰਮ ਕਰਦਾ ਪਰ ਉਹਨਾਂ ਨੂੰ ਅਵਾਰਡ ਲੈਣ ਦੇ ਲਈ ਸਰਕਾਰ ਨਹੀਂ ਚੁਣਦੀ ਕਿ ਫਲਾਨਾ ਸਿੰਘ ਜੀ ਫਲਾਨਾ ਰਾਮ ਜੀ ਜਾਂ ਬੀਬੀ ਫਲਾਨੀ ਕੌਰ ਜੀ ਬਹੁਤ ਚੰਗੇ ਤਰੀਕੇ ਦੇ ਨਾਲ ਕੰਮ ਕਰਦੇ ਆ ਤੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹੋਏ ਉਹਨਾਂ ਨੂੰ ਸੂਬਾ ਪੱਧਰੀ ਜਾਂ ਨੈਸ਼ਨਲ ਲੈਵਲ ਦਾ ਅਵਾਰਡ ਦਿੰਦੇ ਹਾਂ ਨਹੀਂ ਪ੍ਰਕਿਰਿਆ ਕੀ ਹੈ ਅਧਿਆਪਕ ਆਪ ਫਾਰਮ ਭਰਦਾ ਅਧਿਆਪਕ ਆਪ ਫਾਈਲ ਤਿਆਰ ਕਰਦਾ ਤੇ ਜਾ ਕੇ ਬੇਨਤੀ ਕਰਦਾ ਜੀ ਮੈਂ ਇੰਨੇ ਚੰਗੇ ਕੰਮ ਕੀਤੇ ਮੈਨੂੰ ਅਵਾਰਡ ਦਿਓ ਹੁਣ ਜਿਹਨਾਂ ਨੇ ਅਵਾਰਡ ਲੈਣੇ ਹੁੰਦੇ ਆ ਕੰਮ ਕੀਤਾ ਹੋਵੇ ਨਾ ਕੀਤਾ ਹੋਵੇ ਅਗਲੇ ਜਵਾਬ ਲਾ ਜਾਂਦੇ ਆ ਦੋ ਤਿੰਨ ਅਧਿਆਪਕਾਂ ਦਾ ਸੁਖਨਾਬ ਜੀ ਮੈਨੂੰ ਪੱਕੇ ਤਰੀਕੇ ਦੇ ਨਾਲ ਪਤਾ ਕਿ ਉਹਨਾਂ ਨੇ ਆਪਣੀ ਸਿੱਖਿਆ ਜਦੋਂ ਪੜ੍ਹਾਉਂਦੇ ਸੀ ਉਹ ਸਿੱਖਿਆ ਪ੍ਰਦਾਨ ਕਰਦੇ ਸੀ ਕਦੇ ਡੱਖਾ ਨਹੀਂ ਸੀ ਤੋੜ ਕੇ ਵੇਖਿਆ ਪਰ ਉਹਨਾਂ ਨੇ ਫਾਈਲਾਂ ਸੱਜਿਓ ਖੱਬੇ ਬਣਾ ਲਈਆਂ ਕੁਝ ਉੱਪਰ ਥੱਲੇ ਹੱਥ ਪੈਂਦਾ ਹੁੰਦਾ ਤੇ ਉਹ ਅਵਾਰਡ ਲੈ ਗਿਆ ਤੇ ਜਿਹੜੇ ਕਹਿੰਦੇ ਤੁਹਾਡੇ ਬਹੁਤ ਸਾਰੇ ਮਿਹਨਤੀ ਅਧਿਆਪਕ ਨੇ ਜਿਹਨਾਂ ਨੇ ਕਦੇ ਅਵਾਰਡ ਲੈਣ ਦੇ ਬਾਰੇ ਸੋਚਿਆ ਵੀ ਨਹੀਂ ਉਹ ਅੱਜ ਤੱਕ ਉੱਡੇ ਤੁਰੇ ਫਿਰਦੇ ਹੁਣ ਆਪਾਂ ਕੁਝ ਇੱਕ ਅਧਿਆਪਕਾਂ ਦਾ ਜ਼ਿਕਰ ਕਰਨਾ ਹੈ ਜਿਹਨਾਂ ਅਧਿਆਪਕਾਂ ਨੂੰ ਵੇਖਦਿਆਂ ਲੱਗਦਾ ਕਿ ਭਾਈ ਜੇ ਪੰਜਾਬ ਇੰਨੀਆਂ ਜ਼ਿਆਦਾ ਕੁਰੀਤੀਆਂ ਦੇ ਕਰਕੇ ਅੱਜ ਵੀ ਬਚਿਆ ਹੋਇਆ ਲੋਕ ਸਾਹ ਲੈ ਰਹੇ ਨੇ ਸੂਬਾ ਚੱਲ ਰਿਹਾ ਤਾਂ ਭਾਈ ਤੁਹਾਡੇ ਵਰਗੇ ਜਿਹੜੇ ਗੁਰੂ ਨੇ ਤੁਹਾਡੇ ਵਰਗੇ ਜਿਹੜੇ ਅਧਿਆਪਕ ਨੇ ਉਹਨਾਂ ਦੇ ਸਿਰ ਦੇ ਉੱਤੇ ਟਿਕਿਆ ਹੋਇਆ ਡਾਕਟਰ ਸਤਿੰਦਰ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਗੱਟੀ ਰਾਜੋਕੇ ਦੇ ਵਿੱਚ ਪੜ੍ਹਾ ਰਹੇ ਨੇ ਸਰਕਾਰੀ ਸਕੂਲ ਹੈ ਹੁਣ ਸਰਕਾਰੀ ਸਕੂਲ ਦੇ ਵਿੱਚ ਪੜ੍ਹਾ ਰਹੇ ਨੇ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਪਿੰਡ ਦਾ ਮੈਂ ਜ਼ਿਕਰ ਕੀਤਾ ਤਿੰਨ ਪਾਸੇ ਰਾਵੀ ਦਰਿਆ ਦੇ ਨਾਲ ਘਿਰਿਆ ਹੋਇਆ ਇੱਕ ਪਾਸੇ ਤੋਂ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ ਜੇ ਉਸ ਪਿੰਡ ਤੱਕ ਪਹੁੰਚਣਾ ਵੀ ਹੋਵੇ ਤਾਂ ਤੁਹਾਨੂੰ ਬੇੜੀ ਦੇ ਵਿੱਚ ਜਾਣਾ ਪੈਂਦਾ ਡਾਕਟਰ ਸਤਿੰਦਰ ਸਿੰਘ ਉੱਥੇ ਕੀ ਕਰਦੇ ਆ ਕਿਉਂਕਿ ਜਿੱਡਾ ਵੱਡਾ ਇਹਨਾਂ ਦਾ ਰੁਤਬਾ ਜਿਸ ਤਰੀਕੇ ਸੂਬਾ ਤੇ ਨੈਸ਼ਨਲ ਲੈਵਲ ਦਾ ਅਵਾਰਡ ਇਹਨਾਂ ਨੂੰ ਮਿਲ ਚੁੱਕਿਆ ਉਹਨਾਂ ਨੂੰ ਤਾਂ ਕਿਸੇ ਚੰਗੇ ਸ਼ਹਿਰ ਦੇ ਵਿੱਚ ਜਾ ਕੇ ਪੜ੍ਹਾਉਣਾ ਚਾਹੀਦਾ ਤੇ ਬੱਲੇ ਬੱਲੇ ਆਪਣੀ ਕਰਾਉਣੀ ਚਾਹੀਦੀ ਹੈ ਪਰ ਡਾਕਟਰ ਸਤਿੰਦਰ ਸਿੰਘ ਹੋਰਾਂ ਨੇ ਉਹਨਾਂ ਸਾਰੇ ਅਧਿਆਪਕਾਂ ਦੀਆਂ ਕਾਰਵਾਈਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਿਹੜੇ ਕੋਸ਼ਿਸ਼ ਕਰਦੇ ਰਹਿੰਦੇ ਆ ਪੈਸਾ ਧੇਲਾ ਲੈ ਦੇ ਕੇ ਵੀ ਸਿਫਾਰਸ਼ਾਂ ਲੜਾ ਕੇ ਵੀ ਕਿ ਭਾਈ ਸਾਡੀ ਬਦਲੀ ਸਾਡੇ ਪਿੰਡ ਦੇ ਕੋਲੇ ਜਾਂ ਸ਼ਹਿਰ ਦੇ ਵਿੱਚ ਹੋ ਜਾਏ ਅਸੀਂ ਹੋਰ ਰਿਮੋਟ ਏਰੀਆ ਦੇ ਵਿੱਚ ਨਹੀਂ ਪੜ੍ਹਾਉਣਾ ਹੁਣ ਡਾਕਟਰ ਸਤਿੰਦਰ ਸਿੰਘ ਪੰਜਾਬ ਦੇ ਕੈਸੇ ਅਧਿਆਪਕ ਨੇ ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਆਪ ਲਿਖ ਕੇ ਬੇਨਤੀ ਕੀਤੀ ਕਿ ਪਿੰਡ ਗੱਟੀ ਰਾਜੋਕੇ ਦਾ ਜਿਹੜਾ ਸਕੂਲ ਹੈ ਸਰਕਾਰੀ
ਉਹਦੇ ਵਿੱਚ ਕੋਈ ਅਧਿਆਪਕ ਜਾਣਾ ਨਹੀਂ ਚਾਹੁੰਦਾ, ਵਿਦਿਆਰਥੀਆਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ, ਤੁਸੀਂ ਮੇਰੀ ਬਦਲੀ ਉੱਥੇ ਕਰ ਦਿਓ। ਸੁਖਨਾਬ ਜੀ ਡਾਕਟਰ ਚੰਦਰਾਂ ਦੀ ਬਦਲੀ ਉੱਥੇ ਕਰਤੀ, ਉਹਨਾਂ ਜਾ ਕੇ ਵੇਖਿਆ ਕਿ ਕੋਈ ਬੱਚਾ ਪੜ੍ਹਨ ਨਹੀਂ ਆਉਂਦਾ, ਮਾਪਿਆਂ ਦੀਆਂ ਮਿੰਨਤਾਂ ਕੀਤੀਆਂ, ਉਹ ਪਾਈ ਇਹਨਾਂ ਤੋਂ ਪੱਖੇ ਨਾ ਵਧਾਓ, ਜੇ ਵਧਾਉਣੀ ਸ਼ਾਮੀ ਵਧਾ ਲਿਓ, ਉਹ ਇਹਨਾਂ ਤੇ ਮਜ਼ਦੂਰੀ ਨਾ ਕਰਾਓ, ਇਹਨਾਂ ਦੀ ਪੜ੍ਹਨ ਲਿਖਣ ਦਾ ਸਮਾਂ ਹੈ, ਜੇ ਆਹ ਸਮਾਂ ਲੰਘ ਗਿਆ ਤਾਂ ਸਾਰੀ ਉਮਰ ਧੱਕੇ ਖਾਣਗੇ। ਸ਼ੁਰੂਆਤੀ ਦੌਰ ਦੇ ਵਿੱਚ ਉਹ ਕਹਿੰਦੇ ਬੜੀ ਘੱਟ ਸਫਲਤਾ ਮਿਲੀ, ਪਰ ਅੱਜ ਹਾਲਾਤ ਇਹ ਨੇ ਕਿ ਉਸ ਸਕੂਲ ਦੇ ਵਿੱਚ 650 ਬੱਚਾ, ਤੇ ਉਹਨਾਂ ਨੇ ਜਿਹੜਾ ਇੱਕ ਅਹਿਦ ਕੀਤਾ ਸੀ ਕਿ ਮੈਂ ਇਸ ਇਲਾਕੇ ਦਾ ਸਰਹੱਦੀ ਪਿੰਡ ਦਾ ਕੋਈ ਵੀ ਬੱਚਾ ਜਿਹੜਾ ਉਹ ਵਿਦਿਆ ਦੇ ਅੱਖਰ ਦੇ ਗਿਆਨ ਤੋਂ ਵਾਂਝਿਆ ਨਹੀਂ ਰਹਿਣ ਦੇਣਾ, ਤਕਰੀਬਨ ਉਹਦੇ ਵਿੱਚ ਸਫਲ ਹੁੰਦੇ ਨਜ਼ਰ ਆ ਰਿਹਾ। ਦੂਜੇ ਪਾਸੇ ਮਾਸਟਰ ਸੁਖਵਿੰਦਰ ਸਿੰਘ ਬਰਨਾਲੇ ਦੇ ਪਿੰਡ ਖੁੱਡੀ ਖੁਰਦ ਦੇ ਵਿੱਚ ਸਰਕਾਰੀ ਅਧਿਆਪਕ ਨੇ, ਸਾਲ ਦੇ ਵਿੱਚ 12 ਤਨਖਾਹਾਂ ਮਿਲਦੀਆਂ ਤੇ ਉਹਨਾਂ ਦੇ ਵਿੱਚੋਂ 2 ਤਨਖਾਹਾਂ ਦਾ ਜਿਹੜਾ 1.25 ਲੱਖ ਰੁਪਈਆ ਉਹ ਸੁਖਵਿੰਦਰ ਸਿੰਘ ਹੋਰੀ ਹਰ ਸਾਲ ਸਕੂਲ ਦੇ ਵਿਦਿਆਰਥੀਆਂ ਤੇ ਖਰਚਦੇ ਨੇ, ਕਿਸੇ ਨੂੰ ਖੇਡਾਂ ਦਾ ਸਮਾਨ ਲਿਆ ਕੇ ਦਿੱਤਾ, ਕਿਸੇ ਨੂੰ ਵਰਦੀਆਂ ਲਿਆ ਕੇ ਦਿੱਤੀਆਂ, ਕਿਸੇ ਨੂੰ ਕਾਪੀਆਂ ਤੇ ਕਿਤਾਬਾਂ ਲਿਆ ਕੇ ਦਿੱਤੀਆਂ, ਕਿਸੇ ਨੂੰ ਪੈਨ ਲਿਆ ਕੇ ਦਿੱਤਾ, ਤੇ ਕਿਸੇ ਨੂੰ ਹੋਰ ਵੀ ਜਿਹੜੀ ਲੋੜ ਦੀ ਕੋਈ ਚੀਜ਼ ਹੈ ਉਹ ਲਿਆ ਕੇ ਦੇਣੀ। ਤੇ ਹੁਣ ਤੱਕ ਉਹਨਾਂ ਨੇ ਇਹ ਵੀ ਗੱਲ ਆਖ ਦਿੱਤੀ ਹੈ ਕਿ 2 ਜਿਹੜੀਆਂ ਮੇਰੀਆਂ ਵਿਦਿਆਰਥਣਾਂ ਸੀ, ਕਹਿੰਦੇ ਮੈਂ ਉਹਨਾਂ ਦੇ ਵਿਆਹ ਵੀ ਕਰਾ ਚੁੱਕਿਆ, ਕਿਉਂਕਿ ਉਹ ਸਮਾਜਿਕ ਤੌਰ ਤੇ ਆਰਥਿਕ ਤੌਰ ਦੇ ਉੱਤੇ ਤੋਂ ਬਹੁਤ ਜ਼ਿਆਦਾ ਜਿਹੜੇ ਉਹ ਵਧੀਆ ਪਰਿਵਾਰਾਂ ਦੇ ਵਿੱਚ ਨਹੀਂ ਸੀ, ਕਈ ਵਾਰੀ ਪਰਿਵਾਰਾਂ ਦੀਆਂ ਮਜਬੂਰੀਆਂ ਹੁੰਦੀਆਂ, ਪਰ ਕਹਿੰਦੇ ਕੋਈ ਗੱਲ ਨਹੀਂ, ਸਾਨੂੰ ਜਿਹੜਾ ਉਹ ਕੁਦਰਤ ਨੇ ਅੱਖਰ ਗਿਆਨ ਦਿੱਤਾ, ਸਾਨੂੰ ਪੈਸੇ ਧੇਲੇ ਚੰਗੀਆਂ ਤਨਖਾਹਾਂ ਮਿਲਦੀਆਂ, ਤਾਂ ਜ਼ਰੂਰੀ ਨਹੀਂ ਕਿ ਅਸੀਂ ਆਪਣੀਆਂ ਕੋਠੀਆਂ ਤਾਂ ਉਹਨੂੰ ਕਰੇ ਜਾਣੀਆਂ, ਇੱਦਾਂ ਦਾ ਕੰਮ ਵੀ ਕਰਨਾ। ਇਹਦੇ ਨਾਲ ਨਾਲ ਇੱਕ ਅਧਿਆਪਕ ਹੈ ਪੰਜੌਲੀ ਪਿੰਡ ਦੇ ਵਿੱਚ, ਉਹ ਬੀਬੀ ਪੜ੍ਹਾਉਂਦੀ ਹੈ ਬਲਵਿੰਦਰ ਕੌਰ, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ, ਤੇ ਪੰਜੌਲੀ ਕਲਾ ਪਿੰਡ ਦੇ ਵਿੱਚ 19 ਸਾਲ ਹੋ ਗਏ ਇਸ ਬੀਬੀ ਨੂੰ ਅਧਿਆਪਕਾ ਵਜੋਂ ਕੰਮ ਕਰਦਿਆਂ। ਇੱਕ ਵਾਰੀ ਇੰਨਾ ਜ਼ਿਆਦਾ ਮਸਲਾ ਖੜਾ ਹੋ ਗਿਆ, ਸਰਕਾਰ ਨੇ ਇਹਨਾਂ ਦੀ ਬਦਲੀ ਕਰਤੀ, ਸਾਰਾ ਪਿੰਡ ਜਾ ਕੇ ਜੀਟੀ ਦੇ ਉੱਤੇ ਬਹਿ ਗਿਆ, ਉਨੀ ਦੇਰ ਸੜਕ ਨਹੀਂ ਖੋਲੀ ਜਿੰਨੀ ਦੇਰ ਬੀਬੀ ਬਲਵਿੰਦਰ ਕੌਰ ਦੀ ਬਦਲੀ ਰੱਦ ਨਹੀਂ ਹੋ ਗਈ, ਕਿਉਂਕਿ ਬਹੁਤ ਸਾਰੇ ਬੱਚਿਆਂ ਦੀ ਸਹਾਇਤਾ ਕਰਨੀ, ਖੇਡ ਦੀਆਂ ਕਿੱਟਾਂ ਲੈ ਕੇ ਦਿੰਦੀਆਂ ਗਰੀਬ ਬੱਚਿਆਂ ਦੀਆਂ ਫੀਸਾਂ, ਲੜਕੀਆਂ ਦੇ ਵਿਆਹ, ਬਹੁਤ ਸਾਰੀਆਂ ਚੀਜ਼ਾਂ ਆਪਣੀ ਜੇਬ ਦੇ ਵਿੱਚੋਂ ਕਰੀ ਜਾਂਦੇ। ਇੱਥੋਂ ਤੱਕ ਕਿ ਕਰਨੈਲ ਸਿੰਘ ਪੰਜਾਲੀ ਜਿਹੜੇ ਕਿ ਇਸੇ ਪਿੰਡ ਦੇ ਨੇ ਲੀਡਰ ਨੇ, ਉਹਨਾਂ ਨੇ ਇਹ ਵੀ ਗੱਲ ਕਹਿਤੀ ਕਿ ਪਿਛਲੇ ਸਮੇਂ ਦੇ ਵਿੱਚ, ਕਹਿੰਦੇ ਇਹ ਵੀ ਗੱਲ ਇੱਥੇ ਦੇਖਣ ਦੇ ਵਿੱਚ ਆਈ ਹੈ ਕਿ ਰਾਤ ਨੂੰ 8-8 ਵਜੇ ਤੱਕ ਵੀ ਇਹ ਲੈਕਚਰਾਰ ਬੀਬੀ ਪਹਿਲੀ ਦੂਸਰੀ ਜਮਾਤ ਦੇ ਬੱਚਿਆਂ ਨੂੰ ਜਿਹੜਾ ਉਪਰਾ ਦੇ ਦਿੰਦੀ ਹੈ। ਹੁਣ ਇੱਦਾਂ ਦੇ ਅਧਿਆਪਕ ਜਦੋਂ ਤੱਕ ਸੁਖਨੈਬ ਜੀ ਸਾਡੇ ਪੰਜਾਬ ਦੇ ਵਿੱਚ ਹੈਗੇ ਆ, ਇਹਦਾ ਮਤਲਬ ਹੈ ਕਿ ਗੁਰੂ ਤੇ ਚੇਲੇ ਦਾ ਰਿਸ਼ਤਾ ਜਿਹੜਾ ਕਦੇ ਤਾਰ ਤਾਰ ਹੁੰਦਾ ਸਾਨੂੰ ਨਜ਼ਰ ਆਉਂਦਾ ਸੀ, ਉਹ ਬਰਕਰਾਰ ਵੀ ਰਹੇਗਾ, ਲੋਕਾਂ ਦੀਆਂ ਉਮੀਦਾਂ ਵੀ ਜਾਗਦੀਆਂ ਰਹਿਣਗੀਆਂ। ਅੱਖਰ ਗਿਆਨ ਤੋਂ ਕੋਰੇ ਰਹਿ ਰਹੇ ਜਿਹੜੇ ਕੁਝ ਇੱਕ ਵਿਦਿਆਰਥੀ ਨੇ, ਬੱਚੇ ਨੇ, ਉਹਨਾਂ ਨੂੰ ਅੱਖਰ ਗਿਆਨ ਵੀ ਮਿਲਦਾ ਰਹੇਗਾ। ਤੇ ਇਹ ਸਾਰੇ ਅਧਿਆਪਕ ਜਿਹਨਾਂ ਦਾ ਮੈਂ ਜ਼ਿਕਰ ਕੀਤਾ ਸੁਖਨੈਬ ਜੀ, ਉਹਨਾਂ ਦੇ ਵਿੱਚੋਂ ਇੱਕ ਅਧਿਆਪਕ ਨੂੰ ਛੱਡ ਕੇ ਬਾਕੀ ਸਾਰੇ ਅਧਿਆਪਕਾਂ ਨੇ ਕਹਿਤਾ ਕਿ ਭਾਵੇਂ ਅਸੀਂ ਡਿਜ਼ਰਵ ਕਰਦੇ ਹਾਂ, ਭਾਵੇਂ ਸਾਡੀ ਯੋਗਤਾ ਪੂਰੀ ਹੈ ਕਿ ਅਸੀਂ ਸਟੇਟ ਅਵਾਰਡ ਲੈ ਸਕੀਏ, ਪਰ ਉਹਦੀ ਪ੍ਰਕਿਰਿਆ ਜਿਹੜੀ ਆਪ ਅਪਲਾਈ ਕਰਨ ਦੀ, ਅਸੀਂ ਆਪ ਅਪਲਾਈ ਕਰਕੇ ਕੋਈ ਅਵਾਰਡ ਨਹੀਂ ਲੈਣਾ, ਸਰਕਾਰ ਨੂੰ ਜੇ ਸਾਡੇ ਕੰਮ ਦੀ ਕਦਰ ਹੋਏਗੀ ਸਾਨੂੰ ਅਵਾਰਡ ਆਪ ਦੇ ਦੇਣ, ਨਹੀਂ ਤਾਂ ਲੋਕਾਂ ਦੁਆਰਾ ਦਿੱਤਾ ਗਿਆ ਮਾਣ ਤੇ ਸਤਿਕਾਰ ਤੇ ਵਿਦਿਆਰਥੀਆਂ ਦੁਆਰਾ ਭਵਿੱਖ ਦੇ ਵਿੱਚ ਪ੍ਰਾਪਤ ਕੀਤੀ ਜਾ ਰਹੀ ਜਿਹੜੀ ਸਫਲਤਾ ਹੈ ਉਹ ਵੀ ਸਾਡੇ ਲਈ ਸਭ ਤੋਂ ਵੱਡਾ ਅਵਾਰਡ ਵੀ ਹੈ ਜੀ। ਤੇ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਵੀ ਕੋਈ ਅਵਾਰਡ ਮਿਲਦੇ, ਸਾਰ ਬਣਦੇ ਜਾਂਦੇ ਜੀ, ਕਹਿੰਦੇ ਦਬਾਅ ਕਾਫੀ ਵੱਧ ਗਿਆ। ਸੁਖਨੈਬ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਗੁਰਬਚਨ ਸਿੰਘ ਹੋਰੀ ਤੇ ਗਿਆਨੀ ਗੁਰਬਚਨ ਸਿੰਘ ਹੋਰਾਂ ਦੇ ਉੱਤੇ ਬਹੁਤ ਵੱਡੇ ਵਿਵਾਦ ਚੱਲਦੇ ਰਹੇ ਨੇ, ਦੋਸ਼ ਲੱਗਦੇ ਰਹੇ ਨੇ, ਤੇ ਉਹਨਾਂ ਨੇ ਤਾਂ ਇੰਨਾ ਕੁ ਜ਼ਿਆਦਾ ਜਿਹੜਾ ਕੰਮ ਇਸ ਪਾਸੇ ਕੀਤਾ ਕਿ ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਿਸੇ ਜਥੇਦਾਰ ਦੇ ਅਸੀਂ ਆਪਣੇ ਸਾਹ ਲੈਣ ਦੇ ਸਮੇਂ ਚ, ਮਹਿਸੂਸ ਕਰਨ ਦੇ ਸਮੇਂ ਚ ਪੁਤਲੇ ਸੜਦੇ ਵੇਖੇ। ਹੁਣ ਇੱਕ ਪਾਸੇ ਦਲ ਖਾਲਸਾ ਵਾਲੇ ਨੇ, ਦੂਸਰੇ ਪਾਸੇ ਯੂਨਾਈਟਡ ਅਕਾਲੀ ਦਲ ਵਾਲੇ ਨੇ, ਤੀਸਰੇ ਪਾਸੇ ਅਕਾਲੀ ਦਲ ਅੰਮ੍ਰਿਤਸਰ ਵਾਲੇ ਨੇ, ਚੌਥੇ ਪਾਸੇ ਜਿਹੜੇ ਥਾਪੇ ਗਏ ਸਰਬੱਤ ਖਾਲਸਾ ਦੇ ਵਿੱਚ ਜਥੇਦਾਰ ਸੀ ਉਹ ਨੇ, ਪੰਜਵੇਂ ਪਾਸੇ ਜਿਹੜੇ ਬਰਖਾਸਤ ਕੀਤੇ ਜਾ ਚੁੱਕੇ 5 ਪਿਆਰੇ ਨੇ, ਇਲਾਵਾ ਇਹਨਾਂ ਤੋਂ ਵੀ ਬਹੁਤ ਸਾਰੇ ਲੀਡਰ ਜਿਹੜੇ ਸਿੱਖ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਆ, ਉਹਨਾਂ ਨੇ ਗਿਆਨੀ ਗੁਰਬਚਨ ਸਿੰਘ ਹੋਰਾਂ ਤੋਂ ਅਸਤੀਫਾ ਮੰਗਿਆ ਕਿ ਭਾਈ ਹੁਣ ਤਾਂ ਜਾਓ, ਹੁਣ ਤਾਂ ਅਸਤੀਫਾ ਦੇ ਦਿਓ। ਜਿਸ ਗੁਰਮੀਤ ਰਾਮ ਰਹੀਮ ਨੂੰ ਹੁਣ ਭਾਰਤ ਦੀ ਨਿਆਂਪਾਲਿਕਾ ਨੇ ਵੀ ਕਹਿਤਾ ਕਿ ਬੰਦਾ ਬਲਾਤਕਾਰੀ ਹੈ, 20 ਸਾਲ ਤੋਂ ਪਹਿਲਾਂ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹੀਦਾ, ਤੁਸੀਂ ਉਸ ਬੰਦੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੇ ਬਾਵਜੂਦ ਵੀ ਮਾਫੀ ਦੇ ਦਿੱਤੀ ਸੀ। ਚਲੋ ਦਬਾਅ ਵੱਧ ਰਿਹਾ। ਦੂਸਰੇ ਪਾਸੇ ਗਿਆਨੀ ਗੁਰਬਚਨ ਸਿੰਘ ਹੋਰਾਂ ਦਾ ਬਿਆਨ ਬੜਾ ਮਹੱਤਵਪੂਰਨ ਹੈ। ਉਹ ਕਹਿੰਦੇ ਅਸੀਂ ਤਾਂ ਮਾਫੀ ਦਿੱਤੀ ਨਹੀਂ, ਗਲਤ ਗੱਲ ਹੈ, ਬਿਲਕੁਲ ਨਹੀਂ ਮਾਫੀ ਦਿੱਤੀ। ਮੈਂ ਕਹਿੰਦੇ SCPC ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨਾਲ ਵੀ ਮੁਲਾਕਾਤ ਕਰੂੰ, ਮੈਂ ਜਾ ਕੇ ਦੱਸੋ ਅਸੀਂ ਕੋਈ ਮਾਫੀ ਨਹੀਂ ਦਿੱਤੀ। ਠੀਕ ਹੈ ਭਾਈ ਗਿਆਨੀ ਗੁਰਬਚਨ ਸਿੰਘ ਜੀ, ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋ, ਤੁਹਾਡੀ ਗੱਲ ਮੰਨਣੀ ਪਏਗੀ, ਪਰ 4 ਸਤੰਬਰ 2015 ਨੂੰ, ਜਾਣੀ ਕਿ ਠੀਕ 2 ਸਾਲ ਪਹਿਲਾਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ 5 ਸਿੰਘ ਸਾਹਿਬਾਨਾਂ ਨੇ
ਫਿਰ ਡੇਰਾ ਮੁਖੀ ਦੁਆਰਾ ਭੇਜੀ ਗਈ ਚਿੱਠੀ ਤੇ ਉਹਨਾਂ ਦੇ ਸਪਸ਼ਟੀਕਰਨ ਨੂੰ ਮਾਨਤਾ ਕਿਹੜੀ ਗੱਲ ਲਈ ਦਿੱਤੀ ਸੀ? ਜੇ ਤੁਸੀਂ ਇਹ ਗੱਲ ਕੀਤੀ ਨਹੀਂ ਸੀ ਤਾਂ 30 ਸਤੰਬਰ ਨੂੰ ਸਿੱਖ ਸੰਗਠਨਾਂ ਨੇ ਪੰਜਾਬ ਬੰਦ ਦੀ ਕਾਲ ਕਿਉਂ ਦਿੱਤੀ ਸੀ? ਜੇ ਤੁਸੀਂ ਇਹ ਚਿੱਠੀ ਦੇ ਆਧਾਰ ਦੇ ਉੱਤੇ ਮਾਫ਼ੀ ਦਿੱਤੀ ਨਹੀਂ ਸੀ ਤਾਂ ਦੁਬਾਰਾ 16 ਅਕਤੂਬਰ ਨੂੰ ਇਸ ਮਾਫ਼ੀਨਾਮੇ ਦੇ ਪ੍ਰਸਤਾਵ ਨੂੰ ਰੱਦ ਕਿਉਂ ਕੀਤਾ ਗਿਆ ਸੀ? ਜੇ ਤੁਸੀਂ ਉਹਨਾਂ ਨੂੰ ਮਾਫ਼ੀ ਦਿੱਤੀ ਨਹੀਂ ਸੀ ਤਾਂ 21 ਅਕਤੂਬਰ ਨੂੰ ਜਿਹੜੇ 5 ਪਿਆਰੇ ਨੇ ਉਹਨਾਂ 5 ਤਖ਼ਤਾਂ ਦੇ ਜਥੇਦਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਾਹਨੂੰ ਕਰਨਾ ਸੀ? ਤੇ 23 ਅਕਤੂਬਰ ਨੂੰ ਉਹਨਾਂ ਨੇ 5 ਤਖ਼ਤਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਐਲਾਨ ਕਾਹਨੂੰ ਕਰਨਾ ਸੀ? ਜੇ ਤੁਸੀਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦਿੱਤੀ ਨਹੀਂ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਸੰਗਤ ਦੁਆਰਾ ਚੜਾਏ ਗਏ ਚੜਾਵੇ ਦਾ 80-90 ਲੱਖ ਰੁਪਈਆ ਜਿਹੜਾ ਉਹ ਪੰਜਾਬ ਦੀਆਂ ਅਖਬਾਰਾਂ, ਪੰਜਾਬ ਦੇ ਟੈਲੀਵਿਜ਼ਨ ਤੇ ਪੰਜਾਬ ਦੇ ਰੇਡੀਓ ਨੂੰ ਇਸ਼ਤਿਹਾਰ ਰੂਪ ਦੇ ਵਿੱਚ ਦੇ ਕੇ ਖਰਚ ਕਰਨ ਦੀ ਕੀ ਲੋੜ ਸੀ, ਜਿਹਦੇ ਵਿੱਚ ਉਹਨਾਂ ਨੇ 5 ਸਿੰਘ ਸਾਹਿਬਾਨਾਂ ਦੇ ਕੀਤੇ ਗਏ ਫੈਸਲੇ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ? ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਕਹਿੰਦੇ ਅਸੀਂ ਨੀ ਮਾਫ਼ੀ ਦਿੱਤੀ, ਅਸੀਂ ਤਾਂ ਕੇਵਲ ਇਹ ਦੱਸਿਆ ਸੀ ਕਿ ਸਾਡੇ ਕੋਲ ਚਿੱਠੀ ਪਹੁੰਚ ਗਈ ਹੈ। ਪਰ ਸੁਖਨਾਬ ਜੀ, ਅੱਜ ਤੱਕ ਕਿੰਨੀਆਂ ਕੁ ਚਿੱਠੀਆਂ ਨੇ ਜਿਹੜੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਪਹੁੰਚ ਗਈਆਂ ਤੇ ਉਹਨਾਂ ਚਿੱਠੀਆਂ ਦਾ ਐਲਾਨ ਕਰਨ ਦੇ ਲਈ ਵੀ 5 ਸਿੰਘ ਸਾਹਿਬਾਨਾਂ ਦੀ ਮੀਟਿੰਗ ਸੱਦਣੀ ਪੈਂਦੀ ਹੈ? ਆਪਣੇ ਆਪ ਦੇ ਵਿੱਚ ਬੜੀ ਅਜੀਬੋ ਗਰੀਬ ਗੱਲ ਹੈ ਕਿ ਸਾਰਾ ਕੁਝ ਕਰਨ ਕਰਨ ਦੇ ਬਾਵਜੂਦ ਵੀ ਤੁਸੀਂ ਆਖੀ ਜਾਂਦੇ ਹੋ ਕਿ ਨਹੀਂ ਭਾਈ ਉਹ ਸਾਰਾ ਕੁਝ ਅਸੀਂ ਕੀਤਾ ਨੀ, ਏਦਾਂ ਦੀ ਤਾਂ ਗੱਲ ਹੀ ਕੋਈ ਨਹੀਂ, ਅਸੀਂ ਮਾਫ਼ੀਨਾਮਾ ਦਿੱਤਾ ਹੀ ਨਹੀਂ। ਪਰ ਹੁਣ ਜਿਸ ਤਰੀਕੇ ਦੇ ਨਾਲ ਸੁਖਨਾਬ ਜੀ ਲਗਾਤਾਰ ਦਬਾਅ ਵੱਧ ਰਿਹਾ, ਲੱਗਦਾ ਕਿ ਗਿਆਨੀ ਗੁਰਬਚਨ ਸਿੰਘ ਬਹੁਤ ਲੰਬੇ ਸਮੇਂ ਤੱਕ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰ ਦੇ ਅਹੁਦੇ ਦੇ ਉੱਤੇ ਜਿਹੜੇ ਉਹ ਕਾਇਮ ਨਹੀਂ ਰਹਿ ਸਕਣਗੇ। ਬਾਕੀ ਇਹ ਵੀ ਗੱਲ ਜ਼ਰੂਰ ਹੈ ਕਿ ਉਹਨਾਂ ਦੇ ਹੁੰਦਿਆਂ ਜੇ ਬਰਾਬਰ ਦੇ ਜਥੇਦਾਰ ਥਾਪ ਦਿੱਤੇ ਜਾਂਦੇ ਆ, ਉਹਨਾਂ ਦੇ ਪੁਤਲੇ ਸਾੜੇ ਜਾਂਦੇ ਆ, ਦੋਸ਼ ਲੱਗਦਾ ਕਿ ਉਹ ਪੰਜਾਬ ਦੀ ਪਿਛਲੀ ਸੱਤਾਧਾਰੀ ਧਿਰ ਦੇ ਇੱਕ ਪਰਿਵਾਰ ਦੇ ਕਹੇ ਅਨੁਸਾਰ ਚੱਲਦੇ ਆ, ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਅਹੁਦੇ ਦੀ ਮਾਨ ਤੇ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖਦਿਆਂ ਆਪ ਹੀ ਅਸਤੀਫੇ ਦੇ ਬਾਰੇ ਸੋਚ ਵਿਚਾਰ ਜ਼ਰੂਰ ਕਰ ਲੈਣੀ ਚਾਹੀਦੀ ਹੈ। ਜੀ, ਗੁਰਦਾਸਪੁਰ ਜਿਮਣੀ ਚੋਣ ਸਬੰਧੀ ਕਾਰਵਾਈ ਕਹਿੰਦੇ ਕਾਫੀ ਤੇਜ਼ ਹੋ ਗਈ ਹੈ ਜੀ, ਐਲਾਨ ਕਦੋਂ ਹੋਣਾ ਹੈ? ਵਟਸਐਪ ਇਹਦਾ ਕਿ ਹਜੇ ਦੇਰ ਲੱਗੂ? ਸੁਖਨਾਬ ਜੀ, ਪਰਸੋਂ ਸੰਭਾਵਨਾ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਹੋਰਾਂ ਨੇ ਇੱਕ ਮੀਟਿੰਗ ਰੱਖੀ ਹੈ ਤੇ ਜੇ ਮੀਟਿੰਗ ਦੇ ਵਿੱਚ ਇਹਦੇ ਬਾਰੇ ਕੋਈ ਫੈਸਲਾ ਹੋ ਗਿਆ ਤਾਂ ਉਹਦੇ ਤੋਂ ਬਾਅਦ ਫਿਰ ਐਲਾਨ ਹੋ ਸਕਦਾ, ਪ੍ਰੈਸ ਕਾਨਫਰੰਸ ਕਰ ਸਕਦੇ ਆ। ਹਾਲਾਂਕਿ ਵਿੱਚ ਵਿਚਾਲੇ ਰੌਲਾ ਇਹ ਵੀ ਪੈਂਦਾ ਹੈ ਕਿ ਇਸੇ ਸਾਲ ਦੇ ਵਿੱਚ ਜਿਹੜੀਆਂ ਉਹ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਤੇ ਇਹ ਬਹੁਤ ਨੇੜਲਾ ਜਿਹਾ ਉਹਨਾਂ ਦੇ ਹਲਕਾ ਤੇ ਹੋ ਸਕਦਾ ਨਾਲ ਹੀ ਚੋਣਾਂ ਕਰਾਈਆਂ ਜਾਣ, ਪਰ ਉਹਨਾਂ ਨੂੰ ਅਜੇ 3 ਕੁ ਮਹੀਨੇ ਲੱਗ ਸਕਦੇ ਆ। ਇਸ ਕਰਕੇ ਚੋਣ ਕਮਿਸ਼ਨ ਨੂੰ ਆਪਣੀਆਂ ਵਿਸ਼ੇਸ਼ ਤਾਕਤਾਂ ਦਾ ਪ੍ਰਯੋਗ ਜਿਹੜਾ ਇਸ ਮੁੱਦੇ ਦੇ ਉੱਤੇ ਕਰਨਾ ਪੈ ਸਕਦਾ। ਹੁਣ ਦੂਸਰੇ ਪਾਸੇ ਗੁਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ, ਪਿੰਡ ਪੱਧਰ ਦੇ ਉੱਤੇ ਮੀਟਿੰਗਾਂ ਦਾ ਦੌਰ ਚੱਲ ਰਿਹਾ। ਭਾਰਤੀ ਜਨਤਾ ਪਾਰਟੀ ਨੇ ਇੱਕ ਸਿੱਖ ਚਿਹਰੇ ਨੂੰ ਕੇਂਦਰ ਦੇ ਵਿੱਚ ਮੰਤਰੀ ਬਣਾ ਕੇ ਗੁਰਦਾਸਪੁਰ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਇੱਕ ਮੁੱਦਾ ਆਪਣੇ ਹੱਥ ਦੇ ਵਿੱਚ ਲਿਆਂਦਾ। ਭਾਰਤੀ ਜਨਤਾ ਪਾਰਟੀ ਨੇ ਹੇਠਲੀ ਪੱਧਰ ਦੇ ਉੱਤੇ ਬਹੁਤੀਆਂ ਸਰਗਰਮੀਆਂ ਅਜੇ ਤੱਕ ਭਾਵੇਂ ਸੁਖਨਾਬ ਜੀ ਸ਼ੁਰੂ ਨਹੀਂ ਕੀਤੀਆਂ, ਪਰ ਇਹਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਦੇ ਕੁਝ ਇੱਕ ਲੀਡਰ ਜਿਹੜੇ ਕਿ ਉੱਥੋਂ ਇੱਕ ਚਾਹੁੰਦੇ ਆ, ਬੀਬੀ ਕਵਿਤਾ ਖੰਨਾ ਸਵਰਨ ਸਲਾਰੀਆ ਤੇ 2 ਬੰਦੇ ਹੋਰ ਨੇ, ਉਹਨਾਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਤੀਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬਿਲਕੁਲ ਐਲਾਨ ਕਰ ਦਿੱਤਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰਾਂਗੇ ਤੇ ਕਾਂਗਰਸ ਪਾਰਟੀ ਭਾਵੇਂ ਅਜੇ ਤੱਕ ਟਿਕਟ ਦੇ ਬਾਰੇ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਲੈਣ ਦੇ ਸਮਰੱਥ ਨਹੀਂ ਹੋ ਸਕੀ, ਪਰ ਇਹਦੇ ਬਾਵਜੂਦ ਵੀ ਜਿਸ ਤਰੀਕੇ ਕੈਪਟਨ ਅਮਰਿੰਦਰ ਸਿੰਘ ਨੇ ਅੱਜ 27,000 ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ, ਪਿਛਲੇ ਦਿਨੀ ਇੱਕ ਰੁਜ਼ਗਾਰ ਮੇਲਾ ਗੁਰਦਾਸਪੁਰ ਦੀ ਧਰਤੀ ਤੇ ਲਾਇਆ, ਉਹਦੇ ਤੋਂ ਪਹਿਲਾਂ 15 ਅਗਸਤ ਵਾਲੇ ਦਿਨ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਅਧੀਨ ਜਿੰਨੇ ਵੀ ਵਿਧਾਨ ਸਭਾ ਹਲਕੇ ਆਉਂਦੇ ਆ ਉਹਨਾਂ ਦੇ ਉੱਤੇ ਗ੍ਰੰਥਾਂ ਦੀ ਵਾਛੜ ਦਾ ਕਰਨਾ। ਇਹ ਸਾਰਾ ਕੁਝ ਦੱਸਦਾ ਕਿ ਕਿਤੇ ਨਾ ਕਿਤੇ ਇਸ ਵੇਲੇ ਜਿਹੜਾ ਉਹ ਵੱਡੀ ਪੱਧਰ ਦੇ ਉੱਤੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਉਪ ਚੋਣ ਦੇ ਨਾਲ ਸੰਬੰਧਿਤ ਚੱਲ ਰਿਹਾ ਤੇ ਇਸ ਉਪ ਚੋਣ ਦੇ ਨਤੀਜੇ ਨੇ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ ਦਾ ਨਤੀਜਾ ਵੀ ਪ੍ਰਭਾਵਿਤ ਕਰਨਾ। ਹੁਣ ਕਿਸੇ ਵੀ ਪਾਰਟੀ ਨੇ ਅਜੇ ਤੱਕ ਉਮੀਦਵਾਰ ਤੈਅ ਨਹੀਂ ਕੀਤਾ, ਹਰ ਇੱਕ ਪਾਰਟੀ ਦੂਸਰੀ ਪਾਰਟੀ ਦੇ ਲੀਡਰਾਂ ਦੇ ਮੂੰਹ ਦੇ ਵੱਲ ਨੂੰ ਵੇਖੀ ਜਾਂਦੀ ਹੈ ਤੇ ਜਿਸ ਦਿਨ ਫਿਰ ਚੋਣ ਕਮਿਸ਼ਨ ਭਾਰਤ ਨੇ ਇਸ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਐਲਾਨ ਕੀਤਾ ਉਹਦੇ ਤੋਂ ਬਾਅਦ ਇੱਕ ਵਾਰ ਫਿਰ ਅੱਗ ਦੇ ਜਿਹੜੇ ਉਹ ਧਮਾਕੇ ਵਾਂਗੂ ਸਰਗਰਮੀਆਂ ਇੱਥੇ ਸ਼ੁਰੂ ਹੋਣੀਆਂ ਤੇ ਵੇਖਦੇ ਹਾਂ ਕਿ ਨਤੀਜਾ ਕਿਹੜੀ ਸਿਆਸੀ ਪਾਰਟੀ ਦੇ ਹੱਕ ਚ ਜਾਂਦਾ ਹੈ। ਜੀ, ਵਟਸਐਪ ਤੁਸੀਂ ਰੱਖਿਓ ਹੋਲਡ।